ਪਾਣੀ ਪੀਏ, ਗਰਮੀ ਬੜੇ ਤੇਜ਼ ਲੱਗੀ ਪਈ ਐ। ਲੈ ਕਾਗਨ ਬੈਠੀ ਐ ਨਾਲੇ ਮਾਸੀ, ਹੈ ਮਾਸਟਰ ਨੀ ਤਾਂ ਬਾਗੀ ਹੂ ਡਿਊਟੀ ਤੇ। ਉਹ ਚੱਲ ਵਧੀਆ ਆਪਦਾ ਖਹਿੜਾ ਛੜਾ ਗਈ, ਇੱਥੇ ਕਿਹੜਾ ਦੀ ਜਾਨ ਛੱਡਦੀਆਂ ਨੇ ਇਹ। ਮਾਸਟਰਨੀ ਜੀ ਕੀ ਗੱਲ, ਅੱਜ ਡਿਊਟੀ ਤੇ ਗਈ ਨੀ, ਨਾਲੇ ਉਹ ਕੱਪੜੇ ਅਲਡੇਨ ਨੇ ਵਾਲ ਪ੍ਰੈਸ ਕਰਕੇ ਨੀ ਕੱਪੜੇ ਪਾਏ, ਅੱਜ ਕੀ ਗੱਲ ਹੋ ਗਈ? ਪ੍ਰੈਸ ਕਿਹੜੇ ਕਰਾਂ, ਮੇਰੀ ਤਾਂ ਉਹਨੇ ਭੁਤਨੀ ਭਲਾਈ ਪਈ ਰਾਤ ਦੀ, ਮੇਰਾ ਸਿਰ ਦੁਖੀ ਜਾਂਦਾ ਗਾ। ਮੈਂ ਤਾਂ ਅੱਜ ਕਰਨ ਨੂੰ ਫੋਨ ਕਰਤਾ, ਮੈਂ ਕਿਹਾ ਛੁੱਟੀ ਭਰ ਦੇ, ਮੇਰੇ ਤੋਂ ਨੀ ਆਇਆ ਜਾਂਦਾ ਅੱਜ। ਹੁਣ ਕਹਿੰਦੀਆਂ ਪਹਿਲਾਂ ਰੋਟੀ ਸਬਜ਼ੀ ਬਣਾ ਕੇ ਦਿੱਤੀ ਏ, ਹੁਣ ਕਹਿੰਦੀਆਂ ਚਾਹ ਕਰਕੇ ਲਿਆ, ਹੁਣ ਚਾਹ ਤਰੀਏ। ਲੈ ਤੂੰ ਕਿਉਂ ਛੁੱਟੀਆਂ ਭਰੀ ਜਾਂਦੀ ਹੈ? ਉਹ ਕਹਿੰਦੇ ਤਨਖਾਹ ਤਾਂ ਨੀ ਘੱਟਦੇ, ਤਨਖਾਹ ਘੱਟ ਦੇਣ ਕਿਤੇ ਇਸ ਮਹੀਨੇ, ਤੂੰ ਛੁੱਟੀਆਂ ਕਿਉਂ ਭਰੀ ਜਾਂਦੀ ਹੈ? ਐਂ ਤਾਂ ਛੁੱਟੀਆਂ ਮਿਲ ਜਾਂਦੀਆਂ ਹੁੰਦੀਆਂ, ਨਹੀਂ ਕੱਟਦੇ ਹੁੰਦੇ ਤਨਖਾਹ। ਗੱਲ ਕਰ, ਔਖਾ ਫੇਰ ਹੋ ਜਾਊਗਾ ਜੇ ਡੀਓ ਆ ਗਿਆ। ਡੀਓ? ਹਾਂ ਡੀਓ ਕੀ ਹੁੰਦਾ? ਡੀਓ ਹੁੰਦਾ ਗਾ ਸਕੂਲਾਂ ਚ, ਨਾ ਹੁੰਦਾ ਤੈਨੂੰ ਨੀ ਉਹਦੀ ਸਮਝ ਆਏਗੀ ਜੇ ਤੂੰ ਮਾਸਟਰ ਨਹੀਂ ਹੈਗਾ। ਮਾਸਟਰਾਂ ਤੋਂ ਵੱਡਾ ਹੁੰਦਾ ਉਹ? ਆਹੋ, ਉਹ ਆਉਂਦੇ ਹੁੰਦੇ ਚੈੱਕਿੰਗ ਵਾਸਤੇ ਆਉਂਦੇ ਹੁੰਦੇ। ਅੱਛਾ ਅੱਛਾ ਚੈੱਕ ਕਰਨ ਆਉਂਦੇ ਨੇ? ਹਾਂ ਉਹ ਜਿਵੇਂ ਉਹਨਾਂ ਕਿਤੇ ਚੈੱਕ ਕਰਨ ਆਉਣਾ ਆ ਜੇ ਕਿਤੇ। ਦੇਖੀ ਜਾਊ ਜੀ, ਆ ਗਿਆ ਦੇਖੀ ਜਾਊ ਫਿਰ। ਉਹ ਤੂੰ ਮੈਂ ਤਾਂ ਕਹਿੰਦੀ ਵਧੀਆ, ਮੈਨੂੰ ਤਾਂ ਇਦੂ ਨੂੰ ਤਾਂ ਨੌਕਰੀ ਤੂੰ ਲਾ ਜਾਣ, ਮੈਂ ਤਾਂ ਘਰ ਦੇ ਕੰਮ ਹੀ ਕਰ ਲਿਆ ਕਰਾਂ, ਨਹੀਂ ਤੇਰੀ ਭੈਣ ਸੌਖੀ ਹੋ ਜੀ, ਨਹੀਂ ਮਾਸੀ ਸੌਖੀ ਹੋ ਜੀ। ਮਾਸੀ ਤਾਂ ਕਹਿੰਦੀ ਮੈਂ 4 ਮਹੀਨੇ ਲਾ ਕੇ ਜਾਊਂਗੀ, 4 ਮਹੀਨੇ ਚ ਤਾਂ ਮੈਨੂੰ ਕਮਲੀ ਕਰ ਦੇਣਗੇ ਕਮਲੀ। ਮਾਸਟਰਨੀ ਜੀ ਹਾਂ, ਇਹ ਮਾਸੀ ਤੈਨੂੰ ਪਤਾ ਕਿੰਨੀ ਸ਼ਾਸਤਰ ਦਿਮਾਗ ਦੀ ਹੈ, ਇਹ ਆਪਣਾ ਘਰ ਪੱਟਣ ਆਈ ਹੈ, ਤੈਨੂੰ ਨੌਕਰੀ ਤੋਂ ਲਾਹੌਰ ਤੇ ਹੀ ਆਈ ਹੈ, ਤੂੰ ਆਪ ਹੀ ਨੌਕਰੀ ਤੋਂ ਲਾਹੌਰ ਤਿਆਰ ਹੋਈ ਖੜੀ ਹੈ। ਭਲਾ ਹੁਣ ਮੈਂ ਦੱਸ ਕੀ ਕਰਾਂ, ਮੇਰਾ ਤੇਰੇ ਸਾਹਮਣੇ ਸਿਰ ਦੁਖੀ ਹੁੰਦਾ ਰਾਤ, ਮੈਨੂੰ ਨੀਂਦ ਨਹੀਂ, ਇੱਕ ਘਬਰਾਹਟ ਹੋਊਗੀ, ਮੈਂ ਐਡੀ ਹੋ ਗਈ, ਅੱਜ ਤੱਕ ਮੇਰੇ ਮਾਂ ਪਿਓ ਨੇ ਨਹੀਂ ਮੇਰੇ ਤੇ ਹੱਥ ਚੱਕਿਆ, ਇਹ ਕੱਲ ਮੇਰੇ ਕਿਵੇਂ ਪਿੱਛੇ ਪੈ ਗਈਆਂ, ਜੇ ਤੂੰ ਨਾ ਆਉਂਦਾ ਨਾ ਇਹ ਤਾਂ ਦੋਨੇ ਮੈਨੂੰ ਕੁੱਟ ਕੁੱਟ ਗਾ ਪਾ ਦਿੰਦੀਆਂ ਮੇਰਾ। ਉਹ ਲੈ ਮੇਰੇ ਹੁੰਦੇ ਇਹਨਾਂ ਦੀ ਕੀ ਮਜਾਲ ਹੈ, ਤੂੰ ਮੇਰੀ ਗੱਲ ਮੰਨ, ਛੱਡ ਪਰੇ ਨੇ ਆਪੇ ਚਾਹ ਬਣਾ ਕੇ ਪੀ ਲੈਂਦੇ, ਬੇਲੀਆਂ ਬੈਠੀਆਂ ਨੇ ਮਾਸੀ ਦੇ ਘਰ, ਜਾ ਤੂੰ ਸਕੂਲ ਜਾ ਡਿਊਟੀ ਤੇ ਜਾ, ਹੋਣਗੇ ਮੈਂ ਜਾ ਸਕਦੀ ਹੁਣ ਤਾਂ, ਟਾਈਮ ਪਤਾ ਟਾਈਮ ਦੇਖ ਜਾ ਕੇ ਕਿੰਨਾ ਹੋ ਗਿਆ, ਟਾਈਮ ਤਾਂ 10:30 ਹੋ ਗਏ, ਇਹ ਜਿਵੇਂ ਡਿਊਟੀ ਦਾ ਟਾਈਮ ਹੁੰਦਾ, ਡਿਊਟੀ ਦਾ ਟਾਈਮ 8 ਵਜੇ ਹੈ ਨਾ। ਤੈਨੂੰ ਆਏ ਆ ਵੀ ਮੇਰਾ ਸਿਰ ਦੁਖਦਾ, ਵੀ ਮੈਨੂੰ ਕਿਤੇ ਏਸੀ ਵਾਲੇ ਕਮਰੇ 'ਚ ਆਰਾਮ ਨਾਲ ਪੈਣ ਦੇ ਦੇਣਗੇ, ਪੈਣ ਨਹੀਂ ਦਿੰਦੀਆਂ ਸਾਰਾ ਦੁਪਹਿਰ ਤੈਨੂੰ ਇਹ। ਉਹ ਤਾਂ ਮੈਨੂੰ ਪਤੀ ਹੈ ਵੀ ਪੈਣ ਨਹੀਂ ਦਿੰਦੀਆਂ, ਜਦੋਂ ਹੁਣ ਮੈਨੂੰ ਕਹਿੰਦੇ ਚਾਹ ਕਰਕੇ ਲਿਆ, ਫਿਰ ਮੈਂ ਜਵਾਬ ਦੇਵਾਂਗੀ, ਜੇ ਮੈਂ ਜਵਾਬ ਦਿੰਦੀ ਮੇਰੇ ਪਿੱਛੇ ਪੈਣ ਦਾ ਦੋਨੇ ਹੀ ਆਰਾਮ, ਤਾਂ ਤੂੰ ਵੀ ਨਹੀਂ ਸੀ ਕਰੇ। ਚੱਲ ਤੇਰੀ ਮਰਜ਼ੀ ਹੈ, ਮੈਨੂੰ ਪਾਣੀ ਕਰੋ, ਚਾਹ ਬਣ ਗਈ, ਚਾਹ ਤੁਸੀਂ ਵੀ ਪੀ ਲਿਓ, ਪਾਉਣੀ ਆ ਪਾਣੀ ਵੀ ਪਾਉਣੀ ਆ, ਮਾੜਾ ਜਿਹਾ ਜੱਗ ਤੋਂ ਪਾਣੀ ਮੈਂ ਤਾਂ ਆਪ ਹੀ ਪੀ ਲੈਣਾ, ਸਾਰਾ ਕੰਮ ਇੱਥੋਂ ਹੀ ਕਰਾਈ ਜਾਂਦੀਆਂ ਨੇਗੀਆਂ। ਚੱਲ ਪੀ ਲਓ, ਚਾਹ ਪਾਉਣੀ ਆ ਮੈਂ, ਤੇ ਚਾਹ ਤੁਸੀਂ ਵੀ ਪੀ ਲਿਓ। ਉਹ ਨਾਲੇ ਅੱਜ ਨਾ ਖੇਤ ਦਾ ਕੰਮ ਤਾਂ ਨਿਬੜਿਆ ਤੂੜੀ ਕੰਦ ਦਾ, ਤੇਰੇ ਨਾਲ ਮੈਂ ਮਦਦ ਲਵਾਉਂਗਾ ਘਰੇ, ਇੱਥੋਂ ਕੱਲੀ ਤਾਂ ਕੰਮ ਹੀ ਨਹੀਂ ਲਟਾਉਂਦੇ। ਮਦਦ ਤੋਂ ਹੁਣ ਕੀ ਲਵਾਏਗਾ, ਮੈਂ ਤਾਂ ਕੱਪੜੇ ਵੀ ਧੋਤੇ, ਝਾੜੂ ਪੋਚਾ ਵੀ ਲਾਤਾ, ਤੇ ਮਾਸੀ ਕਹਿੰਦੀ ਵੀ ਭਾਈ ਦੇਖੋ ਆਪਦੀ ਗੋਹੇ ਵਾਲੀ ਨੂੰ ਕਹਿੰਦੇ ਗੋਹਾ ਸਿੱਟਣ ਆਵੇ ਨਾ ਆਵੇ, ਗਗਨ ਗੋਹਾ ਨਹੀਂ ਸਿੱਟਦੀ। ਗਗਨ ਗੋਹਾ ਸਿੱਟਦੀ ਨਹੀਂ ਨਾ, ਕੀ ਗੱਲ? ਗੋਹੇ ਵਾਲੀ ਪੁੱਛ ਕੇ ਆ ਜਾ ਕੇ ਆ, ਤੇ ਮੇਰੇ ਤੋਂ ਤੈਨੂੰ ਹੁਣ ਗੋਹਾ ਦੇਖ ਡਿੱਗਦਾ, ਮੇਰੀ ਤਾਂ ਬਸ ਹੋਈ ਪਈ ਹੈ, ਨਾ ਮੈਂ ਕਦੇ ਚੱਕਿਆ ਗੋਹਾ। ਨਾ ਮੇਰੀ ਗੱਲ ਸੁਣੋ, ਹਾਂ ਗੋਹੇ ਵਾਲੀ ਕੀ ਮੁਕਤ ਆ ਜੂਗੀ, ਪੈਸੇ ਲੂ ਉਹ, ਫਿਰ ਭਾਵੇਂ ਆਪ ਸਿੱਟ ਲੈ, ਤੇ ਮੈਂ ਆਖਿਆ ਤਾਂ ਸੀ ਵੀ ਆਪਣੇ ਰੇੜੀ ਹੈਗੀ, ਰੇੜੀ ਚ ਪਾ ਕੇ ਲੈ ਜਾ ਕਰੋ ਖੇਤ। ਮੈਂ ਤਾਂ ਹੁਣ ਮੇਰੀ ਗੱਲ ਸੁਣ, ਖੇਤ ਦਾ ਕੰਮ ਨਿਬੜੇ ਸੁਣੋ, ਮੈਂ ਗੋਹਾ ਸਿੱਟਾਂ ਹੈ ਹੁਣ, ਮੇਰੇ ਤਾਂ ਕੀ ਸਾਰੇ ਰੱਖ, ਮੇਰੇ ਤੋਂ ਤਾਂ ਨਹੀਂ ਦੇ ਦੇਣਾ, ਉਹ ਪਿਆ ਇਹਦਾ ਕੁਛ ਮਰਜ਼ੀ ਕਰੋ, ਗੋਹੇ ਵਾਲੀ ਨੂੰ ਪੁੱਛ ਕੇ ਆ, ਗਗਨ ਨੂੰ ਤਾਂ ਹੁਣ ਮੈਂ ਕਹਿ ਵੀ ਨਹੀਂ ਸਕਦੀ, ਅੱਗੇ ਤਾਂ ਮੈਂ ਕਹਿਦਾ ਨਹੀਂ, ਹੁਣ ਮਾਸੀ ਬੈਠੀ ਤਾਂ ਮੈਂ ਕਿਵੇਂ ਕਹਾਂ। ਚੱਲ ਕੋਈ ਨਹੀਂ, ਤੂੰ ਕਰ ਮਾਸੀ ਦੀ ਸੇਵਾ, ਮੈਂ ਦੇਖਦਾ ਜੇ ਕੋਈ ਗੋਹੇ ਵਾਲੀ ਮਿਲੀ, ਨਹੀਂ ਫਿਰ ਮੈਨੂੰ ਰੇੜੀ 'ਚ ਪਾ ਕੇ ਸਿੱਟਣਾ ਪਊਗਾ। ਚੱਲ ਮੈਂ ਚਾਹ ਕਰਾਉਣੀ ਉਹਨਾਂ ਨੂੰ, ਤੁਸੀਂ ਵੀ ਪੀ ਲਿਓ ਚਾਹ। ਲੈ ਮਾਸੀ।
ਹੁਣ ਦੇਖ ਲਾ ਕਰਤੀ ਨਾ ਆਪਾਂ ਸਿੱਧੀ। ਹਾਂ ਦੇਖ ਲਾ ਮੈਨੂੰ ਸਾਰੀ ਜਿਹੜੀ ਨੌਕਰਾਣੀ ਲਾਈ ਰੱਖਦੀ ਸੀ, ਕੰਮ ਕਰਾਈ ਜਾਂਦੀ ਸੀਗੀ ਮੈਥੋਂ। ਅੱਛਾ ਦੇਖ ਲਾ ਤੇਰੇ ਸਾਹਮਣੇ। ਅੱਛਾ ਹਾਂ ਹਜੇ ਕਹਿੰਦੇ ਕੁੜੀ ਮਾੜੀ ਆ, ਕੁੜੀ ਕਿੱਥੇ ਮਾੜੀ ਸੀ, ਇਹੀ ਮਾੜੀ ਸੀਗੀ। ਅੱਛਾ ਸਾਰਾ ਕੰਮ ਕਰਾਈ ਜਾਂਦੀ, ਗੋਹਾ ਕੂੜਾ ਕਰਾਈ ਜਾਂਦੀ, ਨੇ ਮੈਨੂੰ ਮੇਰੇ ਨਾਲ ਲੜੀ ਜਾਂਦੀ ਸਾਰੀ ਦਿਹਾੜੀ। ਅੱਛਾ ਹਾਂ ਤੂੰ ਦੇਖੀ ਜਾਂਦੀ ਹੁਣ। ਹਾਂ ਹੁਣ ਮੈਨੂੰ ਕਹਿ ਦਿੰਦਾ ਹੋ ਗਿਆ ਆਈ ਨੂੰ ਇੱਥੇ। ਹਾਂ ਰੋਜ਼ ਦੇਖਦੀ ਆ, ਰੋਜ਼ ਦੇਖਦੀ ਹੁਣ ਤੂੰ। ਤੈਨੂੰ ਨੌਕਰਾਂ ਨੇ ਬਣਾ ਰੱਖਿਆ ਸੀ ਇਹਦੇ। ਇਹ ਤਾਂ ਮਾਸੀ ਸਾਹ ਮੇਰੇ ਨਾਲ ਬਥੇਰਾ ਉਹ ਕਰਦੀ ਹੁੰਦੀ ਸੀ, ਲੜਦੀ ਹੁੰਦੀ ਸੀ, ਪਰ ਮੈਂ ਨੀ ਸੀ ਫਿਰ ਵੀ ਚੁੱਪ ਕਰ ਜਾਂਦੀ ਸੀ ਵੀ ਚੱਲ ਕੋਈ ਨੀ ਬੋਲੀ ਜਾਂਦੇ ਬੋਲੀ ਜਾਂਦੇ। ਇਹਨੂੰ ਤਾਂ ਨੌਕਰੀ ਦਾ ਸੀ ਆਪਦੀ ਦਾ, ਆਹ ਦੇ ਲਾ ਪਰਸ, ਅੱਜ ਆ ਪਿਆ ਮਾਸਟਰਨੀ ਦਾ, ਚੱਕ ਕੇ ਰੋਜ਼ ਹੀ ਪਰਸ ਚੋ ਉਹਦਾ ਪਰਸ। ਹਾਂ ਦੱਸ ਦੇਖ ਲਾ ਗਿੱਠ ਕਦੀ ਹੈਗੀ ਆ ਉਹ, ਕਿਹੜਾ ਪਰਸ ਚੰਗਾ ਲੱਗਦਾ ਉਹਦੇ, ਤੂੰ ਗੋਡਿਆਂ ਥੱਲੇ ਦੇਖ ਲਾ ਕਦੇ ਇਹਨੂੰ ਫੜ ਕੇ। ਗੋਡਿਆਂ ਥੱਲੇ ਮੈਂ ਕਿਵੇਂ ਦੇ ਲਾ ਉਹਨੂੰ? ਹਾਂ ਮੈਥੋਂ ਤਾਂ ਕਿੱਥੇ ਦਿੱਤੀ ਜਾਂਦੀ ਆ, ਉਹ ਤਾਂ ਮੇਰੇ ਨੋਂ ਵੀ ਤੇਜ਼ ਆ ਗਈ, ਮੈਨੂੰ ਤਾਂ ਭਮਾ ਸਿੱਟ ਲੇ, ਮੈਥੋਂ ਕਿਤੇ ਸਿੱਟੀ ਜਾਊਗੀ ਇਹ। ਨਹੀਂ ਤੂੰ ਫੇਰ ਵੀ ਤਕੜੀ ਆ ਪੁੱਤੋ ਤੂੰ। ਨਹੀਂ ਮਾਸੀ ਇਹ ਤਾਂ ਬੜੇ ਖਾਈ ਆ, ਇਹ ਤਾਂ ਬਾਹਲੀ ਤੇਜ਼ ਆ ਗਈ, ਇਹ ਤਾਂ ਵੀਰੇ ਨੂੰ ਦੇਖ ਲੈ ਕਿਵੇਂ ਲਾਈ ਫਿਰਦੀ ਆ ਮੂਹਰੇ, ਮੈਨੂੰ ਕਿਉਂ ਨਾ ਲਾਊਗੀ ਇਹ। ਨਹੀਂ ਆਪਾਂ ਸਿੱਧੀ ਕਰਨ ਲੱਗ ਗਏ, ਹੁਣ ਤੂੰ ਡਰਨਾ ਆਏ ਤੋ ਸਿੱਧੀ ਤਾਂ ਕਰ ਲੈਂਗੀ ਜੇ ਦੇਖੀਓ। ਚੱਲ ਮਾਸੀ ਮੈਂ ਤੈਨੂੰ ਇੱਕ ਹੋਰ ਗੱਲ ਕਹਿੰਦੀ ਆ ਵੀ ਜਿਹੜਾ ਤੂੰ ਹੱਲ ਕਰਨ ਆਈ ਆ, ਹੁਣ ਮੇਰਾ ਉਹ ਹੱਲ ਕਰ ਤੂੰ। ਹਾਂ ਉਹ ਦੱਸ ਤੂੰ ਕੀ ਕਹਿਣੀ ਆ। ਮੈਂ ਤੈਨੂੰ ਐਂ ਕਹਿੰਦੀ ਸੀ ਵੀ ਮੈਂ ਹੁਣ ਤੈਨੂੰ ਆਪਦੀ ਮਾਂ ਮੰਨਿਆ, ਦੇਖ ਤੂੰ ਹੀ ਹੱਲ ਕਰੇਂਗੀ, ਚਾਚੀ ਦੇ ਘਰੋਂ ਤਾਂ ਇਹਨਾਂ ਨੇ ਹਟਾਤਾ ਮੈਨੂੰ। ਅੱਛਾ ਉੱਥੇ ਨੀ ਮੈਨੂੰ ਹੁਣ ਕੋਈ ਹੱਲ ਹੋਣਾ ਮੇਰਾ ਚਾਚੀ ਦੇ ਘਰੇ। ਅੱਛਾ ਉਹਨਾਂ ਨੇ ਤਾਂ ਉਲਟ ਚੱਲਦੇ ਸੀ ਇਹ, ਕਹਿੰਦੇ ਸੀ ਚਾਚੀ ਤੈਨੂੰ ਵਿਗਾੜ ਦੇ, ਤੈਨੂੰ ਕਿੱਥੇ ਪੜ੍ਹਨ ਦੇਊਗੀ ਚਾਚੀ ਉੱਥੇ। ਅੱਛਾ ਲਵਾਈ ਖੜੀ ਤੈਨੂੰ ਹੈਡ ਮਾਸਟਰ ਨੀ, ਚਾਚੀ ਕਹਿਣਾ ਤਾਂ ਤੁਹਾਡੇ ਇੰਨਾ ਕੁਛ ਕੀਤਾ ਤੁਹਾਡੇ ਨਾਲ, ਤੂੰ ਭੁੱਲ ਗਈ ਛੇਤ ਕੋਈ? ਮੈਂ ਹੁਣ ਮਾਸੀ ਜੇ ਭੁੱਲ ਉਹ ਕਰਦੀ ਆ ਫਿਰ ਕਿਸੇ ਬਿਨਾਂ ਵੀ ਨੀ ਸਰਦਾ, ਘਰੇ ਬੈਠੀ ਨਾ ਮੇਰਾ ਜੀ ਵੀ ਨੀ ਲੱਗਦਾ, ਕੱਲੀ ਦਾ ਇਹ ਤਾਂ ਤੁਰ ਜਾਂਦੀ ਆ ਪਰਸ ਚਾਹ ਕੇ ਵੀਰਾ ਉੱਠ ਖੇਤ ਜਾ ਬਣਾਈਦਾ ਗਾ, ਕਹਿੰਦੇ ਮੈਂ ਕਿਤੇ ਜਾਵਾਂ ਮਾਂ ਦੱਸ ਜਾ ਮੈਨੂੰ। ਤੇ ਮੈਂ ਤਾਂ ਤੈਨੂੰ ਤਾਂ ਸੱਦਿਆ ਸੀ, ਤੈਨੂੰ ਦੱਸਦੀ ਆ, ਨਾ ਤਾਂ ਮੇਰੀ ਇਹਨੇ ਕਿਤਾਬ ਖੋਲੀ, ਨਾ ਮੇਰਾ ਫੋਨ ਖੋਲਿਆ ਇਹਨੇ, ਹੁਣ ਤੂੰ ਹੀ ਦਵਾ ਸਕਦੀ ਆ। ਹੋਰ ਮੈਂ ਦਵਾ ਕੇ ਜਾਊ, ਕੋਈ ਨੀ ਹੁਣ ਤੂੰ ਹੀ ਹੱਲ ਕਰ। ਆਹੋ ਮੈਂ ਦਵਾਉਂਗੀ, ਲੈ ਆਪਣੇ ਆਪ ਤੇ ਚਾਹ ਮਾਸਟਰ ਨੇ। ਚੱਲ ਹੁਣ ਉਹਨੂੰ ਕਹਿ ਕਹਿ ਚਾਹ ਲੈ ਕੇ ਆ। ਹਾਂ ਚਾਹ ਲੈ ਆਉਂਦੇ ਉਹਨੂੰ, ਚਾਹ ਪੀ ਕੇ ਕਰਦੇ ਆ ਗੱਲ ਉਹਦੇ ਨਾਲ। ਸਾਰੀ ਦਿਹਾੜੀ ਮੈਨੂੰ ਕਮਲੀ ਬਣਾਈ ਰੱਖਦੀ, ਗੋਹਾ ਕੂੜਾ ਸਟਾਈ ਜਾਂਦੀ, ਕਹਿੰਦੀ ਮੈਨੂੰ ਡਰਾਵੇ ਦਿੰਦੀ ਸੀ ਮੈਂ ਫੌਜੀ ਨੂੰ ਫੋਨ ਲਾਉਂਗੀ ਬਣਾਉਂਗੀ ਤੈਨੂੰ ਖਰਚਾ ਕਰਾ ਹੈਡ ਮਾਸਟਰ ਨੇ। ਅੱਛਾ ਹਾਂ ਦੇਖ ਲਾ ਮੇਰਾ ਘਰ ਪੜਦੀ ਸੀ, ਉਹਨੂੰ ਵੀ ਫੋਨ ਲਾਉਂਦੀ ਸੀ, ਚੁਗਲੀਆਂ ਕਰਦੀ ਆ ਉਹਦੇ ਕੋਲ ਵੀ। ਹੁਣ ਤੋਂ ਹੈਡ ਮਾਸਟਰ ਨੇ ਲੱਗ ਕੇ ਰਹੀ, ਚੱਲ ਆਉਂਦੀ ਆ ਸੁਣ ਵੀ ਨਾ ਜਾਵੇ। ਆ ਵੀ ਚਾਹ ਲੈ ਕੇ ਲਓ ਮਾਸੀ ਚਾਹ। ਇਹ ਚਾਹ ਗਈ ਉਹਨਾਂ ਦਾ ਪੈਰੀ ਜੀ ਚਾਹ ਲੈ, ਚਾਹ ਚੱਕ ਲੈ ਬਈ। ਇਹੋ ਜੀ ਪੀਣਾ ਰੋਲ, ਤੂੰ ਵੀ ਤਾਂ ਇਹੋ ਜੀ ਬਣਾਉਂਦੀ। ਤੈਨੂੰ ਕਿਸੇ ਨੇ ਸਿਖਾਇਆ ਨਹੀਂ ਚਾਹ ਬਣਾਉਣੀ ਵੀ ਕਿਵੇਂ ਬਣਾਉਂਦੇ ਹੁੰਦੇ ਆਗੇ? ਆਏ ਗਿਆ ਨਾ ਨਾ ਇਹੋ ਜੀ ਚਾਹ ਖਿਆਉਣ ਵਾਲੀ ਕਿਹੜੀ ਗੱਲ, ਜਿਹੋ ਜੀ ਚਾਹ ਰੋਜ਼ ਬਣਾਉਣੀ ਉਹੋ ਜੀ ਚਾਹ, ਇਹ ਤਾਂ ਪੀਣੀ ਹੈ ਤਾਂ ਪੀ ਲੈ, ਨਹੀਂ ਤੇਰੀ ਮਰਜ਼ੀ ਹੈ। ਮੈਂ ਲੈ ਜਾ ਲੈ ਜਾ, ਅਸੀਂ ਵੀ ਲੈ ਜਾ ਤੇ ਤੋੜ ਕੇ ਦੁੱਧ ਪਾ ਕੇ ਲਿਆ, ਦੁੱਧ ਲੈ ਕੇ ਪਾ ਕੇ ਚਿੱਟੀ ਚਿੱਟੀ ਬਣਾ ਕੇ ਲੈ ਕੇ ਆ ਜਾ। ਹੁਣ ਦੁੱਧ ਵੀ ਮੁੱਕ ਗਿਆ ਇਹਦੇ ਕੋਲੇ, ਹੁਣ ਸਾਡੇ ਵਾਸਤੇ ਦੁੱਧ ਵੀ ਹੈ ਨਹੀਂ ਘਰੇ। ਹਾਂ ਵੱਡੀ ਹੈ ਮਾਸਟਰ ਨੇ ਤਾਂ ਦੇਖ ਲੈ। ਹਾਂ ਦੇਖ ਲੈ ਕਾਲੀ ਕਾਲੀ ਚੱਕ ਲਈ, ਤੇਰਾ ਤਾਂ ਇੱਜ਼ਤ ਮਾਣ ਕਰੇ, ਮੇਰਾ ਤਾਂ ਜਿਹੜਾ ਨਾਲ ਜਿਹੋ ਜਿਹਾ ਕਰਦੀ ਜਿਹੋ ਜਿਹਾ ਨਾ ਕਰਦੀ ਆ। ਸ਼ਹਿਰੀਆਂ ਕਰਦੀ ਆਪਣੇ ਨਾਲ ਕੁੜੇ, ਸ਼ਹਿਰੀਆਂ ਤਾਂ ਕਰਦੀ ਆ ਤਾਂ ਬਾਹਲੀ ਤੇਜ਼ ਹੈਗੀ। ਹੁਣ ਆਪਾਂ ਇਹ ਦੇਖ ਰਹੇ ਹਾਂ ਵੀ ਚਾਹ ਤਾਂ ਇਹ ਕਾਲੀ ਕਾਲੀ ਬਣਾਈ, ਆਪਣਾ ਚਾਹ ਨੂੰ ਤਾਂ ਨੀ ਜੀ ਕਰਦਾ, ਖਾਵਾਂਗੇ ਕੀ ਚਾਹ ਲੈ ਕੇ ਤਾਂ ਮੁੜ ਗਈ। ਮੈਂ ਤੈਨੂੰ ਐਂ ਕਹਿੰਦੀ ਆ ਮਾਸੀ ਜਿਵੇਂ ਹੁਣ ਆਪਾਂ ਇਹਨੂੰ ਠਿੱਠ ਤਾਂ ਕਰਨਾ ਹੀ ਆ, ਸਮਾਰ ਕੇ ਕਰੀਏ ਇਹਨੂੰ ਆਪਾਂ ਠਿੱਠ, ਨਮਕੀਨ ਨਾਲੇ ਚੌਲ ਬਣਾ ਲਈਏ, ਮੌਜ ਨਾਲ ਖਾਵਾਂਗੇ ਬੈਠ ਕੇ। ਆ ਕਹਿ ਕੇ ਆ ਨੂੰ ਗੋਲ ਮਾਰ ਕੇ ਤੂੰ ਗਏ ਕੁੜਾ, ਮੇਰੇ ਤਾਂ ਪੁੱਤਾ ਕੁੜੇ ਨਕਮੀਨ ਨਾਲ ਚੌਲ ਬਣਾ ਕੇ ਲਿਆ, ਬੰਦਾ ਪਹਿਣਾ ਵੀ ਨੀ ਆਉਂਦਾ ਨਕਮੀਨ ਮੂਨ। ਪਹਿਲਾਂ ਸੱਦ ਲਾ ਉਰੇ, ਮੇਰੀ ਗੱਲ ਸੁਣ, ਚਾਹ ਤਾਂ ਤੂੰ ਕਾਲੀ ਕਾਲੀ ਬਣਾ ਲਈ, ਮੱਥਾ ਦਮ ਤਾ ਸਾਡਾ ਲਿਆ ਕੇ ਚਾਹ ਕਾਲੀ ਕਾਲੀ, ਚਿੱਟਾ ਚਿੱਟਾ ਦੁੱਧ ਦਾ ਪਾਇਆ ਨੀ ਵਿੱਚ, ਇਹੋ ਜਿਹੀ ਚਾਹ ਪੀਂਦੇ ਹੁੰਦੇ ਆ। ਹੁਣ ਐਂ ਕਰ ਸਾਨੂੰ ਨਾ ਚੌਲ ਬਣਾ ਕੇ ਲਿਆ ਕੇ ਦੇ ਨਮਕੀਨ ਵਾਲੇ, ਅਸੀਂ ਤਾਂ ਉਹੀ ਖਾਵਾਂਗੇ। ਚਾਹ ਚ ਦੁੱਧ ਵੀ ਪਾਤਾ ਸੀ ਮੈਂ, ਅਸੀਂ ਚਾਹ ਵੀ ਲਿਆ ਦੇ। ਨਾ ਚਾਹ ਨੀ ਪੁੱਤੋ, ਚਾਹੀਦੀ
ਚੌਲ ਹੀ ਬਣਾ ਲਿਆ ਚੱਲ, ਜਾਂ ਚੌਲ ਬਣਾ ਕੇ ਲੈ ਕੇ ਆ, ਹੋਰ ਹੁਣ ਕਿੱਥੇ ਪਕਾਈ ਕਰੇਗੀ, ਤੈਨੂੰ ਮੈਂ ਹੀ ਲੋਟ ਕਰੂ, ਹੋਰ ਨੀ ਕਿਸੇ ਤਾਂ ਆਉਂਦੀ, ਚੰਗਾ ਸਿਖਾਉਂਦੀ, ਹੁਣ ਆਪਣੇ ਆਈ ਲੋਟ ਆਊਗੀ ਇਹ ਆਪਣੇ, ਹਾਂ ਇਹ ਵੱਡੀ ਬਣੀ ਫਿਰਦੀ ਸੀ ਨਾ, ਫਿਰਦੀ ਸੀ ਵਿਗਾਗਣ ਤਾਂ ਚੁੱਪ ਕਰਕੇ ਬਹਿ ਜਾਂਦੀ ਆ, ਤੇ ਇੱਥੋਂ ਹੀ ਲੋਟ ਆਊ, ਤੂੰ ਡੰਡਾ ਖਿੱਚ ਬਣਾਵਾਂਗੇ, ਦੇਖੀ ਤਾਂ ਸਹੀ, ਆਹੋ ਤੂੰ ਹੀ ਡੰਡਾ ਖਿੱਚੇਦਾ, ਸਿੱਧੀ ਗੱਲ ਤੂੰ ਤੱਕੜੇ ਵਰਗੀ, ਫਿਕਰ ਨਾ ਕਰ, ਚੱਲ ਠੀਕ ਆ ਮਾਸੀ, ਆਹੋ ਤੱਕੜੇ ਜਵਾਬ ਲੈ ਜੇ ਇਹ ਚ ਨੀ ਵਿੱਚ ਛੱਡਣਾ, ਹਾਂ ਬਸ ਆਹੀ ਕਰੀ ਤੂੰ, ਹਾਂ ਹੁਣ ਇਹਨੂੰ ਪਤਾ ਲੱਗ ਜੂਗਾ ਜੇ ਤੂੰ ਨਾ ਬਰੋਬਰ ਗੋਹਾ ਸਟਾਇਆ, ਇਹ ਆਪੇ ਸਿੱਟੂ ਟੱਕਰੀ ਗੋਹੇ ਆਈ, ਵੱਡੀ ਹੈਡ ਮਾਸਟਰ ਨੀ ਬਣੀ ਫਿਰਦੀ ਆ ਵੀ, ਤੂੰ ਦੇਖਿਆ ਸਹੀ ਗੋਹਾ ਸਿੱਟਦੀ, ਇਹ 20-20 ਹਜ਼ਾਰ ਤੇ ਦੇਖ ਲੈ ਕਿਵੇਂ ਮੂਹਰੇ ਲਾਈ ਫਿਰਦੇ ਸਾਰੇ ਟੱਬਰ ਨੂੰ ਵੀ ਮੇਰੇ ਹਾਲ ਮੇਰਾ 20 ਹਜ਼ਾਰ ਆਉਂਦਾ, 20 ਹਜ਼ਾਰ ਦਾ ਕੀ ਆਉਂਦਾ, ਕੋਈ ਨੀ ਅਸੀਂ ਵੀ ਲੱਗ ਗਏ ਨਾਲ ਦਿੰਦਿਆ ਫਿਰਦਾ ਤੇ ਕਮਲਾ, ਮੈਨੂੰ ਕੀ ਪਤਾ ਸੀ ਮਾਸੀ, ਮੈਂ ਤਾਂ ਇਹਨੇ ਵੀਰੇ ਨੇ ਤਾਂ ਨੌਕਰੀ ਦੇਖ ਲਈ, ਇਹ ਤਾਂ ਜਮਾ ਹੀ ਨੀ ਦੇਖਿਆ ਇਹਨੇ ਤਾਂ ਵਿੱਚ ਕੁਛ, ਤੇਰੀ ਮਾਂ ਹੁੰਦੀ ਮਾਣਾ ਮੋਟਾ ਕੁਛ ਸੁਧਾਰ ਕਰ ਦੂ, ਨਾ ਕੁਛ ਲੈ ਕੇ ਆਈ ਆ ਪੇਕਿਆਂ ਤੋਂ, ਇਕੱਲਾ 20 ਹਜ਼ਾਰ ਚੱਕ ਲਈ ਸਿਰ ਹੱਥ ਤੇ ਹੱਥ ਤੇ ਮਾਰ ਕੇ, ਨੌਕਰੀ ਨਾ ਤੈਨੂੰ ਪਦਾਰ ਤੇ ਫੋਨ, ਠੀਕ ਹੈ ਠੀਕ ਆ, ਆਹੋ ਜਦ ਤੂੰ ਚੌਲ ਲਿਆ ਜੇ ਬਣਾਇਆ ਤਾਂ ਬੋਲ ਮਾਰ, ਚੱਲ ਮੈਂ ਦੇਖਦੀ ਆ ਮਹਾਰਾਣੀ ਕੀ ਕਰੀ ਜਾਂਦੀ ਆ, ਖੜੀ ਇੰਨਾ ਟਾਈਮ ਹੋ ਗਿਆ ਹਜੇ ਤੱਕ ਆਈ ਨੀ ਗੀ, ਲਿਆ ਬਤਾ ਭੁੱਖ ਲੱਗੀ ਪਈ ਆ, ਕਿਹੜੇ ਚੌਲ ਬਣਾਉਣੇ, ਚਾਹ ਤਾਂ ਪੀਤੀ ਨੀ ਮੈਂ, ਚਾਹ ਭਰਤੀ ਉਰੇ ਨਖਰੇ ਕਰਦੀਆਂ ਗਈਆਂ, ਚੌਲ ਭਾਲਦੀਆਂ ਵੀ ਹੈਗੇ ਨਾ, ਭਾਬੀ ਕੀ ਕਰੀ ਜਾਂਦੀ ਆ, ਤੈਨੂੰ ਵੀ ਦਿਖਦੀ ਆ ਵੀ ਕੀ ਕਰੀ ਜਾਂਦੀ ਆ, ਕਿੰਨਾ ਟਾਈਮ ਹੋ ਗਿਆ ਸਾਨੂੰ ਬੈਠੀਆਂ ਉੱਥੇ, ਘੰਟਾ ਹੋ ਗਿਆ ਤੈਨੂੰ ਪੂਰਾ ਰਸੋਈ ਚ ਬੜੀ ਨੂੰ, ਅਜੇ ਚੌਲ ਹੀ ਨੀ ਬਣੇ ਤੇ ਤੂੰ, ਨਾ ਮਿੰਟ ਚ ਹੀ ਘੰਟਾ ਹੋ ਜਾਣਾ, ਤੂੰ ਬਾਹਲੇ ਬੋਲਣ ਲੱਗ ਗਈ, ਤੇਰੇ ਬਾਹਲੀ ਗੁੱਠ ਦੀ ਜੀਭ ਲੱਗ ਗਈ, ਚੌਲ ਕਾਹਦੇ ਚ, ਮੈਨੂੰ ਚੌਲ ਦੱਸ, ਨਹੀਂ ਜੇ ਉਦੋਂ ਹੁਣ ਮੈਂ ਚੌਲ ਨਹੀਂ ਮੰਗਾਏ ਉਦੋਂ ਸਮਾਨ ਚ ਭੁੱਲ ਗਈ, ਤੇ ਫਿਰ ਤੂੰ ਦੁਕਾਨ ਤੋਂ ਵੀ ਮੰਗਾ ਸਕਦੀ ਏ, ਬਾਈ ਨੂੰ ਕਹਿ ਕੇ ਚੌਲ 20 ਹਜ਼ਾਰ ਆਉਂਦਾ ਘਰਾ, ਅੱਛਾ ਦੁਕਾਨ ਉਹਦੇ ਤੇ ਸਮਾਨ ਚ ਲਿਖੇ ਨੀ ਚੌਲ ਤੋਂ ਭੁੱਲ ਗਈ, ਤੇ ਮੈਂ ਪਤਾ ਨਹੀਂ ਸੀ, ਉਦੋਂ ਤੱਕ ਮੈਨੂੰ ਐ ਕਹਿੰਦੀ ਸੀ, ਕਹਿੰਦੀ ਮੈਂ ਰਸੋਈ ਦਾ ਸਾਰਾ ਸਮਾਨ ਲਿਖਤਾ, ਕੋਈ ਚੀਜ਼ ਛੱਡ ਹੋਈ ਨੀ ਜਿੰਨੀ ਹੈਗੀ ਆ, ਇੱਕ ਚੀਜ਼ ਨੂੰ ਪਤਾ ਸੀ, ਨਹੀਂ ਵੀ ਜਾ ਰਹਿੰਦੀ ਕਿਤੇ ਚੀਜ਼ ਕੋਈ ਭੁੱਲ ਜਾਂਦੇ ਆਗੇ, ਤੇ ਹੁਣ ਤੇਰਾ 20 ਹਜ਼ਾਰ ਡਿੱਗਦਾ, ਤੂੰ ਚੌਲ ਵੀ ਨੀ ਮੰਗਾ ਸਕਦੀ ਇੱਥੋਂ, ਤੂੰ ਨਾ ਥੋੜੀ ਜ਼ਿਆਦਾ ਚਾਂਬੜੀ ਫਿਰਦੀ ਆ, ਕੱਲ ਦੀ ਮੈਂ ਤੈਨੂੰ ਦੱਸਾਂ ਮਾਸੀ ਦੀ ਸ਼ਹਿ ਆ ਤੈਨੂੰ, ਤੂੰ ਦੇਖਦੀ ਗਈ ਮਾਸੀ ਨੂੰ ਵਗ ਜਾਣਦੇ ਗਗਨ, ਤੇਰੇ ਨਾਲ ਤਾਂ ਮੈਂ ਉਹ ਕਰੂੰ ਜਿਹੜੀ ਨਾ ਕਰਨੀ ਕਰੇਂਗੀ ਤੂੰ ਮੇਰੇ ਨਾਲ, ਜਿਹੜਾ ਤੂੰ ਮੇਰੇ ਮੰਗਰ ਪਈ ਐ, ਕੱਲ ਮਾਸੀ ਮੰਗਰ ਲੱਗ ਕੇ, ਮਾਸੀ ਤਾਂ ਵੱਡੀ ਐ, ਵੱਡੀ ਕਰਕੇ ਮੈਂ ਕੁਛ ਬੋਲ ਨਹੀਂ ਰਹੀ, ਮੈਂ ਤੈਨੂੰ ਦੱਸਾਂ ਮੇਰਾ ਫਾਇਦਾ ਨਾ ਖਾ ਮੇਰੀ ਮਜਬੂਰੀ ਦਾ, ਜਿਵੇਂ ਮਜਬੂਰ ਆ ਮੈਂ ਚੁੱਪ ਕਰ ਜਾ, ਮੈਂ ਤੈਨੂੰ ਚੁੱਪ ਕਰ ਜਾ, ਮੇਰੀ ਗੱਲ ਸੁਣ ਲੈ, ਤੈਨੂੰ ਦੱਸਾਂ ਮੇਰੇ ਉਰੇ ਬੋਲਣਾ, ਪਹਿਲਾਂ ਵੀ ਬੋਲ ਨਹੀਂ ਸੀ ਸਕਦੀ ਤੂੰ, ਹੁਣ ਤੂੰ ਚਾਂਬੜੀ ਫਿਰਦੀ ਐ, ਮਾਸੀ ਦੇ ਸਿਰ ਤੇ ਚਾਂਬੜ ਰਹੀ ਐ, ਮੈਂ ਤੈਨੂੰ ਦੱਸਾਂ ਕਿੰਨੇ ਕੁ ਦਿਨ ਐ ਮਾਸੀ, ਮਹੀਨਾ ਰਹਿ ਜੂ, 2 ਰਹਿ ਜੂ, 4 ਰਹਿ ਜੂ, ਮਾਸੀ ਤੇਰੇ ਕੋਲ ਉਮਰ ਘੱਟ ਰਹੇਗੀ, ਤੂੰ ਕੀ ਕਰੇਂਗੀ, ਤੂੰ ਕੀ ਕਰ ਲੇਂਗੀ, ਮੇਰਾ ਕਰਨੀ ਜੋ, ਮੈਂ ਪਹਿਲਾਂ ਮੇਰਾ ਕੀ ਕਰਿਆ ਸੀ, ਪੜ੍ਹ ਲਾਂਗੀ ਨਾ, ਫਿਰ ਕਿਤਾਬ ਪੜ੍ਹ ਲਾਂ ਨਾ, ਮੋਬਾਈਲ ਨਹੀਂ ਉਹ ਆਜੂ ਦੇਣਾ, ਤੇਰੇ ਤੇ ਹੀ ਸਟਾਉ ਬੱਠਲ ਤੇਰੇ ਸਿਰ ਤੇ ਹੀ, ਯਾਦ ਕਰ ਹੁਣ ਉੱਥੇ ਖੜੀ ਨੇ ਕੀ ਕਿਹਾ ਸੀ, ਆਈ ਜਾਊ ਹੁਣ ਤਾਂ ਦਿਨ ਨੇੜੇ ਹੀ ਆ, ਉਹ ਕਿਹੜਾ ਦਿਨ, ਮੇਰਾ ਤਾਂ ਕੋਈ ਤੇਰੇ ਦਿਨ ਯਾਦ ਨਹੀਂ, ਕਿਹੜੇ ਦਿਨ ਦੀ ਗੱਲ ਕਰਨੀ, ਉਹ ਕਹਿੰਦੀ ਸੀ ਮੈਨੂੰ ਮਜ਼ਾਕ ਉਡਾਉਂਦੀ ਸੀ, ਕਹਿੰਦੀ ਸੀ ਹੈਡ ਮਾਸਟਰ ਨੇ ਕਿੱਥੇ ਹੈਗੀ ਗੋਹਾ ਸੁੱਟੀ ਜਾਂਦੀ ਆ, ਉਹ ਦਿਨ ਤੇਰੇ ਤੇ ਆਊਗਾ ਹੁਣ, ਜਿਵੇਂ ਮੈਂ ਬੈਠਾ ਮੈਨੂੰ ਚੁਕਾਇਆ ਸੀ ਨਾ, ਉਵੇਂ ਮੈਂ ਚੁਕਾ ਕੇ ਛੱਡੂ ਤੇਰੇ ਤੇ, ਜੇ ਨਾ ਤੇ ਤੂੰ ਮੂਹਰੇ ਲਾਇਆ, ਨਾ ਤਾਂ ਮੈਂ ਗੋਹਾ ਅੱਜ ਚੱਕਾਂ, ਨਾ ਮੈਂ ਗੋਹਾ ਸਵੇਰੇ ਚੱਕਾਂ, ਮੈਂ ਤੇਰੇ ਭਰਾ ਨੂੰ ਕਹਿਤਾ ਭਾਵੇਂ ਤਾਂ ਰੇੜੀ ਚ ਪਾ ਕੇ ਸਿੱਟ ਕੇ ਆਵੇ, ਭਾਵੇਂ ਗੋਹੇ ਵਾਲੀ ਲਾਵੇ, ਗੋਹਾ ਤਾਂ ਮੈਂ ਛੱਡਦੀ ਨੀ ਗਾਵਨ, ਮੈਂ ਰਸੋਈ ਦੇ ਕੰਮ ਮੈਂ ਸਿਰਫ ਮਾਸੀ ਕਰਕੇ ਚੁੱਪਾਂ, ਮਾਸੀ ਕਰਕੇ ਕਰੀ ਜਾਂਦੀ ਆ, ਐਵੇਂ ਮੈਂ ਤੈਨੂੰ ਦੱਸਾਂ ਮੇਰੇ ਨਾ ਪੰਗੇ ਜੇ ਨਾ ਲੈ, ਚੌਲ ਨਹੀਂ ਲੈ ਨਾ, ਆ ਦਲੀਆ ਪਿਆ, ਦਲੀਆ ਬਣਾ ਦਿੰਦੀ ਆ, ਕੋਈ ਨੀ ਜਿਹੜੇ ਬੰਦੇ ਦਲਗੇ ਖਾਂਦੇ ਹੁੰਦੇ, ਅਸੀਂ ਕਦਰ ਹੀ ਆ ਪਾ ਕੇ ਖਾ ਲਿਓ, ਨਹੀਂ ਨਹੀਂ ਅਸੀਂ ਨਹੀਂ ਦਲੀਆ ਖਾਣਾ, ਜਿਹੜਾ ਤੈਨੂੰ ਕੰਮ ਕਿਹਾ ਉਹੀ ਕਰ ਸਿੱਧੇ ਹੋ ਕੇ, ਜਾਦੀ ਚਾਂਦੀ ਮੰਗਾ ਚੌਲ ਮਾਸਟਰ ਨਹੀਂ, ਅਰੇ ਵਗ ਜਾ, ਮੈਂ ਤੈਨੂੰ ਦੱਸਾਂ ਇੱਥੋਂ ਮਾਸੀ ਦੇ ਬੈਠੇ ਤਾਂ ਮੈਂ ਤਾਂ ਹੋਰ ਨਾ ਤੂੰ ਨੰਬਰ ਦਾ ਕੀ ਕਰ ਲਏਗੀ ਤੂੰ ਮੇਰਾ, ਪਹਿਲਾਂ ਤੁਸੀਂ ਮੇਰੀ ਛੁੱਟੀ ਮਰਵਾ ਕੇ ਰੱਖਤੀ,
ਰਾਤਾਂ ਮੇਰਾ ਸਿਰ ਦੁਖੀ ਨੇ ਪਹਿਲਾਂ ਮੈਨੂੰ ਜਾਣ ਨਹੀਂ ਦਿੱਤਾ, ਚੁੱਪ ਕਰਕੇ ਨਾ ਅੰਦਰ ਵੱਲ ਜਾਵਾਂ ਹੋਣਗੀਆਂ ਤੇਰੀਆਂ ਜਿਵੇਂ ਤੂੰ ਮੇਰੇ ਨਾਲ ਕਰਦੀ ਸੀ ਨਾ ਉਵੇਂ ਕਰੂ ਹੁਣ ਤੇਰੇ ਨਾਲ। ਦੇਖੀ ਜਾਈ ਹੁਣ ਤੂੰ ਨਹੀਂ, ਮੈਂ ਕਦਾ ਵੀ ਨੀ ਦੇਖਦੀ ਸੋਡੇ ਮੰਨੀ ਦੇਖਦੀ ਗਈ, ਮੈਂ ਤਾਂ ਨਾ ਕਰਵਾ ਕੇ ਬਦਲੀਏ ਜਲੰਧਰ ਜਾਵੇਗੀ ਨਾ ਭਾਲ ਦੀ ਮਰ ਜਾਏਗੀ। ਮੈਂ ਨੀ ਭਾਲੂਗਾ, ਵੀਰੇ ਨੀ ਭਾਲੂਗਾ, ਮੇਰੇ ਤਾਂ ਭਾਲੂ ਵੀਰੇ ਨੂੰ ਤਾਂ ਮੈਂ ਤੇਰੇ ਨਾਲ ਹੀ ਰਹੂ। ਬਰਾਬਰ ਕੋਈ ਨੀ, ਚੌਲ ਬਣਾ ਕੇ ਲੈ ਕੇ ਆ, ਦੇਖਣੀ ਕਿਵੇਂ ਆਰਡਰ ਮਾਰਦੀ ਫਿਰਦੀ ਆ, ਚਾਂਬੜੀ ਫਿਰਦੀ ਆ ਮਾਸੀ ਦੇ ਸਿਰ ਤੇ। ਲਿਆ ਚੌਲ, ਕੋਈ ਗੱਲ ਨੀ ਗਵਨ, ਖਾ ਲਾ ਚਾਰ ਦਿਨ ਜਿਹੜੇ ਮਾਸੀ ਦੇ ਹੁੰਦੇ ਖਾਣੇ ਆ, ਚੌਲ ਵੀ ਖਵਾ ਦੂ, ਸਭ ਕੁਛ ਖਵਾ ਦੂ ਮੈਂ ਤੈਨੂੰ ਦੱਸਾਂ, ਤੇ ਤੂੰ ਦੇਖਦੀ ਗਈ ਜੋ ਮਾਸੀ ਵੱਗ ਗਈ ਨਾ ਉਦੋਂ ਕਰੂੰ ਤੈਨੂੰ ਲੋਟ। ਮੈਨੂੰ ਐ ਲੱਗਦਾ ਆਪ ਉਧਰ ਸੀਗੇ, ਇੱਧਰ ਨਾ ਹੁਣ ਉਹਨਾਂ ਨੂੰ ਦੇਖ ਕੇ ਆਉਣੀ ਆ, ਉਹਨਾਂ ਨੇ ਕਹਿਦਾ ਨੀ ਮੈਨੂੰ ਚੌਲ ਲਿਆ ਕੇ ਦਿਓ, ਹੁਣ ਚੌਲ ਮੰਗਦੀਆਂ ਬੈਠੀਆਂ, ਕਿਵੇਂ ਦੇਖ ਦੋਨੇ ਚੜ੍ਹਨਾ ਬੈਠੀਆਂ, ਕਿਵੇਂ ਚੁਗਲੀਆਂ ਕਰੀ ਜਾਂਦੀ, ਆਹੀ ਕੰਮ ਹੈ ਤੇਰੇ ਕੋਲੇ, ਹੋਰ ਤਾਂ ਕੋਈ ਕਿੱਤਾ ਹੈ ਨੀ। ਉਹ ਵੀ ਲੈ ਧੁੱਪੇ ਪਿਆ ਗਾ, ਐ ਨੀ ਵੀ ਅੰਦਰ ਪਏ ਆ, ਉਹ ਤਾਂ ਆਪ ਡਰਾ ਰੱਖਿਆ ਗਾ, ਉਹ ਡਰਦਾ ਉਹ ਨੀ ਕੋਲੇ ਬਹਿੰਦਾ। ਕੀ ਬਣੇ ਸੰਤ, ਇਹਨਾਂ ਨੇ ਤਾਂ ਪਾ ਕੇ ਮਾਰਤਾ ਜੀ ਕਰਦਾ, ਦੋਨੇ ਕਿਤੇ ਟੂਰ ਤੇ ਟੱਪ ਜੀਗੇ। ਕੁੜੇ ਬਲਾ ਬੋਲੀ ਜਾਂਦੀਆਂ ਰਸੋਈ ਚ, ਕਿਤੇ ਲੜਤਾ ਨੀ ਪਈਆਂ, ਬਾਹਲੇ ਲੜੀਏ ਜਾਂਦੀਆਂ। ਕੀ ਮਾਸੀ ਤੂੰ ਕੱਲੇ ਜੇ ਬੋਲੀ ਜਾਂਦੀ ਆ, ਆ ਬਲਾ ਹੀ ਬੋਲੀਏ ਜਾਂਦੀਆਂ ਸੀ, ਨੰਦ ਭਰਜਾਈ ਕੀ ਹੋ ਗਿਆ? ਕੀ ਦੱਸਾਂ ਤੈਨੂੰ, ਉਹ ਤਾਂ ਮੇਰੇ ਨਾ ਪੂਰਾ ਕਲੇਸ਼ ਕਰਦੀ ਸੀ, ਕਿਹੜੇ ਚੌਲ ਦੇਊ ਆਪਾਂ ਨੂੰ ਬਣਾ ਕੇ, ਕਹੀ ਤੂੰ ਤਾਂ ਮਾਸੀ ਦੇ ਸਿਰ ਤੇ ਉੱਡੀ ਫਿਰਦੀ ਆ, ਤੈਨੂੰ ਮੈਂ ਫੇਰ ਲੋਟ ਕਰੂ ਜਦੋਂ ਮਾਸੀ ਜਾਵੜੀ। ਅੱਛਾ ਬਣਾਉਂਦੀ ਨੀ, ਮੈਨੂੰ ਧਮਕੀਆਂ ਦਿੰਦੀ ਸੀ ਹੁਣ। ਅੱਛਾ ਹਾਂ, ਕੋਈ ਨੀ ਮੈਂ ਹੀ ਕਰਦੀ ਆ ਲੋਟਾਂ ਨੂੰ, ਕਿੱਥੇ ਆਉਣਾ? ਉਹ ਤਾਂ ਉੱਥੇ ਬੈਠੀ ਆ ਵੀਰੇ ਕੋਲ, ਘੁਸਰ ਘੁਸਰ ਕਰੀ ਜਾਂਦੀ ਆ, ਪਤਾ ਨੀ ਕੀ ਗੱਲਾਂ ਕਰੀ ਜਾਂਦੀ ਆ, ਆਪਣੀਆਂ ਚੁਗਲੀਆਂ ਕਰੀ ਜਾਂਦੀ। ਹੋ ਕੋਈ ਨੀ, ਮੈਂ ਜਾਣੀ ਆ ਫਿਰ ਉਹਦੇ ਕੋਲੇ, ਜਾ ਕੇ ਦੇਖ ਲਾ ਫਿਰ ਕੀ ਕਹਿੰਦੀ ਹੈਗੀ। ਮੈਂ ਦੇਖਦੀ ਆ ਜਾ ਕੇ ਕੀ ਕਰਦੀ ਆ। ਹਾਂ ਦੇਖਿਆ ਜਾ ਕੇ। ਮੇਰੀ ਖੁੰਡੀ ਕਿੱਧਰ ਗਈ ਕੁੜੇ? ਇੱਥੇ ਕਿਤੇ ਰੱਖਦੀ ਹੋਊਗੀ, ਖਬਰਾਂ ਕਿੱਥੇ ਰੱਖਦੀ ਆ ਉਹ ਸਿਰ ਤੇ। ਖੁੰਡੀ ਨੂੰ ਪਾਤੀ ਵੀ ਮੈਨੂੰ ਕੱਲ ਕੁੱਟਿਆ, ਆ ਦਿੰਦੇ ਨੇ ਬਤਾ ਖੁੰਡੀ ਨਾਲ। ਚੱਲ ਚੰਗਾ, ਮੈਂ ਇੱਥੋਂ ਤਾਂ ਨੀ ਸੀ ਲੋਟ ਆਉਂਦੀ ਇਹ, ਹੁਣ ਇਹਨੂੰ ਮਾਸੀ ਕੱਢੋ, ਇਹ ਮਾਸੀ ਕਰੂਗੀ ਇਹਨੂੰ ਲੋਟ, ਉਹੀ ਇਹਦੇ ਵਾਲ ਕੱਢੂਗੀ। ਵੱਡੀ ਮਾਸਟਰ ਨੀ ਬਣੀ ਫਿਰਦੀ ਸੀ, ਦੇਖ ਲਾ ਕਿਵੇਂ ਡਰਾਬੇ ਦਿੰਦੀ ਸੀ ਮੈਨੂੰ, ਦੇਖ ਲਾ ਧਮਕੀਆਂ ਦਿੰਦੀ ਸੀ, ਕਹਿੰਦੀ ਮਾਸੀ ਦੇ ਸਿਰ ਤੇ ਉੱਡੀ ਫਿਰਦੀ ਆ, ਜਦੋਂ ਮਾਸੀ ਜਾਵੜੀ ਉਦੋਂ ਤੈਨੂੰ ਲੋਟ ਕਰੂੰਗੀ। ਤੂੰ ਮੈਨੂੰ ਲੋਟ ਕੀ ਕਰ ਦੇਂਗੀ, ਹੁਣ ਆਈ ਆ ਤੂੰ ਮੇਰੇ ਅਸਲ ਜਾਹ ਥੱਲੇ, ਮੈਂ ਹੀ ਲੋਟ ਕਰੂੰ ਤੈਨੂੰ, ਦੇਖੀ ਜਾਈ ਹੁਣ ਤੇਰੇ ਨਾਲ ਬਣਦਾ ਕੀ ਆ, ਜੇ ਨਾ ਇੱਥੋਂ ਸਿਰ ਤੇ ਬੱਟਾ ਚਕਾਇਆ ਵੱਡੀ ਬਣੀ ਫਿਰਦੀ। ਸੌਂ ਗਏ ਸੀ? ਸੁਣਦੇ ਨੀ। ਹਾਂ ਸੌਂ ਗਏ ਸੀ, ਕੀ ਗੱਲ? ਐ ਡਰਦਾ ਕਾਹਤੋਂ ਹੁੰਦਾ, ਉਹੀ ਡਰ ਜਾਣਾ ਮਾੜੇ ਜੇ ਨਾ। ਨਾ ਮਾਸੀ ਕੁਛ ਕਹਿ ਨਹੀਂ, ਲੜ ਪਈ ਮਾਸੀ? ਨਹੀਂ ਨਹੀਂ ਲੜੀ, ਮਾਸੀ ਨੇ ਤਾਂ ਕੁਛ ਨਹੀਂ ਕਿਹਾ, ਵਿਚਾਰੀ ਨੇ ਗੱਲ ਨਹੀਂ, ਥੋੜਾ ਜਿਆਦਾ ਹਵਾ ਚ ਆਈ ਫਿਰਦੀ ਹੈਗੀ। ਨਾ ਗੱਲ ਕੀ ਹੋ ਗਈ ਹੁਣ? ਤੁਸੀਂ ਇੱਥੇ ਕਾਹਤੋਂ ਪਏ ਹੋ ਗਰਮੀ ਚ, ਉੱਥੇ ਅੰਦਰ ਪੈ ਜਾਂਦੇ ਨਾ ਪੱਖਾ ਲਾ ਕੇ। ਉਹ ਮੈਂ ਤਾਂ ਤੈਨੂੰ ਕੀ ਦੱਸਾਂ, ਅਸਾਂ ਡਰਦੇ ਮੜਾਏ ਟਲਕੇ ਪਿਆ ਸੀਗਾ, ਥੱਕਿਆ ਸੀਗਾ, ਕੱਲ ਸਾਰਾ ਦਿਨ ਤੂੜੀ ਢੋਈ ਗਏ, ਅਗਰ ਇੱਥੇ ਆਰਾਮ ਕਰ ਲੈਣੇ ਆ, ਉੱਥੇ ਮਹਾ ਮਾਸੀ ਬੋਲੀ ਜਾਊ, ਪਤਾ ਨੀ ਗਗਨ ਉਹਨੂੰ ਕੀ ਕੀ ਸਿਖਾਈ ਜਾਂਦੀ ਹੈ, ਆਪਣਾ ਤਾਂ ਹੁਣ ਜਮਾ ਨਾ ਕਰ, ਮਾਸੀ ਖਰਾਬ ਕਰਕੇ ਜਾਊਗੀ ਹੁਣ। ਮਾਸੀ ਕੁਛ ਨੀ ਕਹਿੰਦੀ, ਗਗਨ ਚਾਂਬੜੀ ਫਿਰਦੀ ਮਾਸੀ ਦੇ ਸਿਰ ਤੇ, ਮਾਸੀ ਤਾਂ ਉਹੀ ਗੱਲ, ਵੱਡਾ ਬੰਦਾ ਹੁੰਦਾ, ਵੱਡੇ ਬੰਦੇ ਦਾ ਤਾਂ ਆਪਾਂ ਗੁੱਸਾ ਵੀ ਨੀ ਕਰਦੇ, ਜੇ ਮਾਸੀ ਕੁਛ ਕਹੇ ਮੈਂ ਚੱਲ ਵੀ ਆਮ ਜਮਾ ਨਾ ਬੋਲਾਂ, ਗੱਲ ਕਰ ਗਗਨ ਤੜਨਾ ਮਾਰਦੀ ਹੈ, ਜੇ ਮੈਂ ਚਾਹ ਕਰਕੇ ਫੜਾਈ, ਗਗਨ ਕਹਿੰਦੀ ਚਾਹ ਚ ਤਾਂ ਦੁੱਧ ਨਹੀਂ, ਨੀ ਕਾਲੀ ਚਾਹ ਕਰਕੇ ਲਈ, ਮੋੜ ਕੇ ਲੈ ਜਾ। ਤੈਨੂੰ ਗੱਲ ਦਾ ਨੀ ਪਤਾ? ਹਾਂ ਗਗਨ ਨੀ ਬੋਲਦੀ, ਗਗਨ ਵਿੱਚ ਮਾਸੀ ਬੋਲਦੀ ਹੈ, ਮਾਸੀ ਮਾਸੀ ਦੀ ਚੱਕ ਹੈ ਸਾਰੀ। ਨਾ ਫਿਰ ਗਗਨ ਨੂੰ ਦੇਖਣਾ ਚਾਹੀਦਾ ਵੀ ਫਿਰ ਤਾਂ ਮੈਂ ਇੱਥੇ ਰਹਿਣਾ, ਹੁਣ ਤਾਂ ਮਾਸੀ ਮਹੀਨਾ ਲਾ ਜੂ, ਮੈਂ ਇਹਨੂੰ ਆਖਾਂ ਦੋ ਲਾ ਜੂ, ਫਿਰ ਮਾਸੀ ਤੇਰੀ ਉਮਰ ਕਢਾ ਜੂ, ਰਹਿਣਾ ਤਾਂ ਸਾਡੇ ਕੋਲ ਹੀ ਹੈ। ਤੂੰ ਤਾਂ ਕਮਲੀਆਂ ਗੱਲਾਂ ਕਰਦੀ ਹੈ, ਉਹ ਸੱਦੀ ਤੇ ਗਗਨ ਨਹੀਂ ਹੈ ਮਾਸੀ। ਆਹੋ ਗਗਨ ਨਹੀਂ ਸੱਦੀ ਹੈ ਵੀ ਇਹਨੂੰ ਲੋਟ ਕਰਕੇ ਜਾ। ਹਾਂ ਲੋਟ ਕੀ ਕਰਨਾ?
ਮਾੜਾ ਜਾ ਸਿਆਣੀ ਬਣ ਕੇ ਰਹੀ ਤੂੰ, ਆਪਣੇ ਚ ਏਕਤਾ ਰੱਖੀ, ਆਪਣੇ ਚ ਫਰਕ ਪਾਉਣਾ ਹੀ ਆ ਫਰਕ ਮਾਸੀ। ਉਹ ਤਾਂ ਮੈਨੂੰ ਪਤੀ ਹੈ, ਉਹ ਤਾਂ ਮੈਂ ਜਾਣਦੀ ਹਾਂ, ਗੱਲ ਕਰ ਮੇਰਾ ਤਾਂ ਨਾ ਜੀ ਅੱਕਿਆ ਪਿਆ, ਮੇਰਾ ਤਾਂ ਜੀ ਐ ਕਰਦਾ ਵੀ ਆਪਾਂ ਕਿਤੇ ਟੂਰ ਤੇ ਵਗ ਚੱਲੀਏ ਦੋਨੇ ਜਾਣੀ। ਟੂਰ ਤੇ ਵਗ ਚੱਲੀਏ? ਆਹੋ, ਨਾਲੇ ਉਹੀ ਗੱਲ ਦੋਨੇ ਜਾਣੀਆਂ। ਮੈਂ ਤਾਂ ਆਖਿਆ ਸੀ ਮੈਂ ਇੱਕ ਤਾਂ ਮਾਸੀ ਸੱਦ ਲਈ, ਇੱਕ ਮਾਮੀ ਨੂੰ ਸੱਦ ਲਾ, ਇੱਥੇ ਮੈਂ ਫਿਰ ਲਾ ਲਓ ਦੋਨੇ ਤਿੰਨੇ ਜਾਣੀਆਂ, ਅਸੀਂ ਜਾ ਆਉਂਦੇ ਹਾਂ ਬਾਈ। ਉਹ ਕਮਲ ਜੀ, ਜੇ ਆਪਾਂ ਘਰ ਨੂੰ ਸੁਣਨਾ ਛੱਡ ਗਏ ਉਹ ਸਾਰਾ ਘਰ ਲੋਕਾਂ ਨੂੰ ਖਵਾ ਦੇਣਗੀਆਂ ਇਹ ਦੋਨੇ ਮਾਸੀ ਭਣ ਜੀ। ਉਹ ਤਾਂ ਪਤੀ ਹੈ ਮੈਨੂੰ, ਤੇ ਹੁਣ ਐਂ ਕਹਿੰਦੀਆਂ, ਕਹਿੰਦੀਆਂ ਹੁਣ ਚੌਲ ਬਣਾ ਕੇ ਦੇ ਸਾਨੂੰ ਨਮਕੀਨ, ਚਾਹ ਤਾਂ ਅਸੀਂ ਪੀਂਦੀਆਂ ਨੀ, ਕਹਿੰਦੀਆਂ ਚਾਹ ਤਾਂ ਸਾਡੇ ਪਸੰਦ ਨੀ। ਨਾ ਨਮਕੀਨ ਚੌਲ? ਹਾਂ, ਨਾ ਰੋਜੀ ਚੌਲ ਕਹਿੰਦੇ, ਰੋਜੀ ਚੌਲ ਕਹਿੰਦੀਆਂ। ਐਂ ਮਾਸੀ ਦਾ ਕੀ ਪਤਾ ਕਿੱਡੇ ਜਾਊ, ਤੇ ਐਂ ਤਾਂ ਆਪਾਂ ਦੁਕਾਨ ਤੋਂ ਦੇਖ ਲਿਆ ਫਿਰ ਮੁੱਲ ਲੈ ਲਿਆ ਕਿਤੇ। ਮੈਂ ਤਾਂ ਕਹਿੰਦਾ ਮੁੱਲ ਕਾਹਨੂੰ ਲਿਆਉਣੇ ਨੇ ਚੌਲ, ਉਹ ਆਪਣੀ ਜੀਰੀ ਦੀ ਬੋਰੀ ਪਈ ਹੈ, ਮੈਂ ਉਹੀ ਨਾ ਕਢਾ ਲਿਆ, ਆਪਣੇ ਪਿੰਡੀ ਕੱਢਣੇ ਚੌਲੀ ਕਢਾ ਲਿਆ ਨਾ ਮੈਂ। ਚੌਲ ਬਣਾ ਕੇ ਦੇ ਸਾਨੂੰ ਨਮਕੀਨ ਚਾਹ ਤਾਂ ਅਸੀਂ ਪੀਂਦੀਆਂ ਨੀ ਕਹਿੰਦੇ ਚੌਲ ਕਹਿੰਦੇ ਰੋਜੀ ਚੌਲ ਕਹਿੰਦੇ ਮੈਂ ਉਹੀ ਨਾ ਕਢਾ ਲਿਆ ਆਪਣੇ ਪਿੰਡੀ ਕੱਢਣੇ ਚੌਲੀ ਕਢਾ ਲਿਆ ਨਾ ਮੈਂ। ਕਿਲੋ ਦੋ ਕਿਲੋ ਤਾਂ ਆਪਾਂ ਮੰਗਾ ਕੇ ਰੱਖਦੇ ਸੀ, ਅੱਗੇ ਸਮਾਨ ਚ ਮੈਂ ਲਿਖ ਦਿੰਦੀ ਸੀ, ਬੈਠੀ ਸ਼ਰਾਰਤਾਂ ਕਿਹੜੇ ਚੌਲ ਖਾਣੇ ਖਾਣੇ ਨੀ, ਇਹਨਾਂ ਨੇ ਹਾਲ ਖਰਾਬ ਕਰਨਗੀਆਂ। ਦੇਖ ਕੁਛ ਮਰਜ਼ੀ ਕਰਨ, ਮੈਂ ਤਾਂ ਕਹਿ ਰਹੀ ਮੱਥਾ ਡੰਮ ਦੂੰ, ਮੈਨੂੰ ਲਿਆ ਕੇ ਦੇ ਦੇ। ਮੈਂ ਲਿਆ ਦੇਣਾ ਕੋਈ ਗੱਲ ਨੀ, ਆਓ ਜਾ। ਤੈਨੂੰ ਮੈਂ ਪਹਿਲੀ ਕਿਹਾ ਸੀਗਾ ਵੀ ਤੂੰ ਕਾਹਨੂੰ ਸਕੂਲੋ ਰਹਿ ਪਈ, ਇਹ ਤੈਨੂੰ ਤੰਗੀ ਕਰਨਗੀ ਇੱਥੇ ਸਾਰਾ ਦਿਨ, ਅੱਜ ਦੇਖੀ ਤੇਰਾ ਨਾ ਕੀ ਬਣਦੀ ਆ। ਕੋਈ ਨੀ, ਦੇਖੀ ਮੈਂ ਇਹਨਾਂ ਦੇ ਕੋਲੇ ਨੀ ਜਾਂਦੀ, ਮੈਂ ਤਾਂ ਇੱਥੇ ਪੈ ਜਾਂਦੀ ਹਾਂ, 2 ਮਿੰਟ ਤੂੰ ਲਿਆ ਚੌਲ, ਆਪੇ ਬੈਠਣਾ ਰਹਿੰਦੇ ਦੋਨਾਂ ਨੂੰ, ਮੈਂ ਤਾਂ ਸੌ ਜਾਂਦੀ ਹਾਂ, ਆਪੇ ਭਾਲਦੀਆਂ ਤਰੁਣਾ ਫਿਰਨਗੀਆਂ ਚੌਲ। ਓਹੋ, ਉਰੇ ਤਾਂ ਹਵਾ ਵੀ ਨੀ ਲੱਗਦੀ, ਜਮੀ ਸੇਕ ਮਾਰਦਾ, ਪਤਾ ਨੀ ਕਿਵੇਂ ਪਿਆ ਸੀ ਇੱਥੇ, ਮੇਰਾ ਤਾਂ ਪਹਿਲੀ ਸਿਰ ਦੁਖੀ ਜਾਂਦਾ, ਹੋਰ ਸਿਰ ਦੁਖਣ ਲੱਗ ਜੂ। ਜੇ ਹੁਣ ਮੈਂ ਏਸੀ ਵਾਲੇ ਕਮਰੇ ਚ ਪੈਂਦੀ ਹਾਂ, ਉੱਥੇ ਵੀ ਇਹ ਮੈਨੂੰ ਪੈਣ ਨੀ ਦਿੰਦੀਆਂ, ਉਹ ਤਾਂ ਮੈਨੂੰ ਇਹਨਾਂ ਨੇ ਬਾਰੀ ਨੀ ਖੋਲਣ ਦੇਣਾ, ਹਰ ਕੇ ਮੈਂ ਤਾਂ ਬਾਰੀ ਡਾਤਾ ਮੈਂ ਬੈਠੀਆਂ ਰਹਿਣ ਦੇ ਇੱਧਰ ਹੀ, ਤੇ ਐਂ ਕਰਦੀ ਹਾਂ ਉੱਥੇ ਬਰਾਂਡੇ ਚ ਜਾ ਕੇ ਪੈ ਜਾਂਦੀ ਹਾਂ 2 ਮਿੰਟ, ਉੱਥੇ ਤਾਂ ਸ਼ਾਂਤੀ ਜੀ ਹੈ, ਬੋਝ ਕੇ ਜੀ ਪੈ ਜਾਂਦੀ, ਉਹਨਾਂ ਨੂੰ ਪਤਾ ਹੀ ਨਾ ਲੱਗੇ ਵੀ ਇੱਥੇ ਪਈ, ਤਾਂ ਅੰਦਰ ਬੈਠੀਆਂ ਗੱਲਾਂ ਮਾਰੀ ਜਾਂਦੀਆਂ, ਮਾਰੀ ਜਾਂਦੇ ਕਰੀ ਜਾਂਦੇ ਜਿਹੜੇ ਚੌਲਵਾਂ ਕਰਦਣ। ਮੇਰੇ ਤਾਂ ਸਿਰ ਦਾ ਬੁਰਾ ਹਾਲ ਹੋਇਆ ਪਿਆ, ਸਿਰ ਦੁਖੀ ਜਾਂਦਾ ਮੇਰਾ ਤਾਂ, ਗੋਲੀ ਲੈਣੀ ਪਊ ਕੋਈ, ਚੌਲ ਚੂਲ ਬਣਾ ਕੇ ਨਾ ਗੋਲੀ ਲੈ ਕੇ ਫਿਰ ਘੰਟਾ ਪਾਉਂਗੀ, ਲੈ ਕੇ ਆ ਜੇ ਤਾਂ ਵੀ ਚੰਗਾ। ਓਹੋ, ਮੈਂ ਤਾਂ ਥੱਕ ਗਈ ਤੜਕੇ ਦੀ ਤੁਰੀ ਫਿਰਦੀ, ਇਹਨਾਂ ਦੇ ਪੱਥਰ ਜਿਹੀ ਬਾਹ ਤਲਕਣਾ। ਕੁੜ ਕਿੱਧਰ ਗਈ ਮੈਡਮ? ਆ ਪਈ ਹੈ ਹੁਣ ਇੱਥੇ ਆ ਕੇ ਬਹਿ ਕੇ, ਤਾਂ ਚਾਹ ਬਣਾਉਣ ਨੂੰ ਕਿਹਾ ਸੀ। ਹਾਂ ਮਾਸੀ, ਚਾਹ ਬਣਾ ਦੇ। ਮਾਸੀ ਬਣਾ ਕੇ ਦਿੰਦੀ ਆ, ਲੈਣ ਗਿਆ ਹੋਇਆ ਦੁਕਾਨ ਤੋਂ, ਗਗਨ ਸਮਾਨ ਚ ਲਿਖਣਾ ਭੁੱਲ ਗਈ, ਮੰਗਾਏ ਨੀ ਐਤਕੀ ਮੰਡੀਓ। ਦੱਸ ਆਪ ਕੀ ਕਰਦੀ ਸੀ? ਕੀ ਕਰਨਾ ਜੀ ਮਾਸੀ, ਮੈਂ ਤਾਂ ਤੈਨੂੰ ਸਾਹਮਣੇ ਤਾਂ ਪਈ ਆ, 2 ਮਿੰਟ ਆਰਾਮ ਕਰਨ ਲੱਗ ਗਈ, ਸਿਰ ਦੁਖੀ ਜਾਂਦਾ ਮੇਰਾ। ਜੇ ਸਮਾਨ ਲਿਖਿਆ ਸੀ ਉਹ ਮੈਂ ਆਪ ਲਿਖਿਆ ਸੀ, ਚਾਹ ਉਹ ਜਵਾਕੜੀ ਨੂੰ ਕੀ ਪਤਾ? ਮਾਸੀ ਮੈਂ ਤਾਂ ਘਰੇ ਨਹੀਂ ਸੀ, ਮੈਂ ਤਾਂ ਸਕੂਲ ਗਈ ਹੋਈ ਸੀ, ਗਗਨ ਨੇ ਲਿਖੇ ਸੀ। ਫੋਟਾ ਗਗਨ ਨੇ ਲਿਖਿਆ ਤਾਂ ਨਿਆਣੀ ਆ। ਕੋਈ ਨੀ ਮਾਸੀ, ਕੋਈ ਗੱਲ ਨੀ, ਹੁਣ ਲੈਣ ਗਿਆ ਹੋਇਆ ਆ ਜਾਣ, ਫਿਰ ਮੈਂ ਬਣਾ ਕੇ ਦੇ ਦੂੰ, ਤੁਸੀਂ ਅੰਦਰ ਹੀ ਆਰਾਮ ਕਰ ਲਓ।
ਆਹੋ ਮੰਨਦੇ ਜਾਂਦੇ ਚੌਲ ਲਿਆ ਬਣਾ ਕੇ ਭੁੱਖੇ ਮਰੀ ਜਾਂਦੇ ਆ। ਮੈਡਮ ਤਾਂ ਆਪ ਤਾਂ ਰਸੋਈ ਚ ਵੜ ਕੇ ਖਾ ਲੈਂਦੀ ਆ, ਦੂਜਿਆਂ ਨੂੰ ਭੁੱਖੇ ਮਾਰੀ ਜਾਂਦੀ ਆ। ਲੈ ਇਹ ਨੀ ਭੈਣੇ ਚੌਲ ਬਣਾ ਕੇ ਦਿੰਦੀ, ਭੁੱਖੇ ਮਾਰਤੇ ਇਹਨਾਂ ਨੇ ਤਾਂ। ਮਾਸੀ ਜਾਏ ਮਾਸਟਰਨੀ ਕੋਲ, ਕੀ ਕਹਿੰਦੀ ਚੌੜਾ ਨੂੰ? ਜਾਏ ਤਾਂ ਪਈ ਆ ਲੱਭਾਂ ਦਾਣੇ। ਖੂੰਡੀ ਸਮਾਰ ਕੇ ਮਾਰਨੀ ਸੀ ਤੂੰ? ਮੈਂ ਤਾਂ ਬਥੇਰੀਆਂ ਮਾਰੀਆਂ। ਮੈਂ ਤਾਂ ਡੇਢ ਤੋਂ ਖੂੰਡੀ ਮਾਰੀ ਜਾਂਦੀ ਸੀ, ਡਰਦੀ ਡਰਦੀ ਪਾਸੇ ਪੈ ਗਈ। ਤੂੰ ਹੋਰ ਕੀ ਕਰਨਾ ਸੀ ਮੈਨੂੰ ਮਰਵਾਉਣ ਦੀ? ਤੂੰ ਤੈਨੂੰ ਕਿਆ ਮਰਵਾਉਂਦੀ? ਮੈਨੂੰ ਢਾ ਲੈਂਦੀ ਫਿਰ ਮੈਂ ਕੀ ਕਰਦੀ? ਮੈਂ ਆਏਗੀ ਸੀ ਤੈਨੂੰ ਛਡਾਉਣ ਵਾਲੀ, ਆਏਗੀ ਮਿਟਾ ਲੈਂਦੀ। ਉਹਦੀ ਕੀ ਹਿੰਮਤ ਸੀ ਮਿਟਾ ਵਾਲ ਢਾ ਲੈਂਦੀ ਤੈਨੂੰ? ਆਹੋ ਪੁੱਤ ਮੈਨੂੰ ਨਿਗਾਹ ਰੱਖਿਆ ਕਰ, ਕੀ ਇਹ ਮੈਨੂੰ ਫੜ ਲੈ? ਨਹੀਂ ਨਹੀਂ ਐਂ ਨੀ ਫੜਦੀ, ਤੂੰ ਖੁਸ਼ੀ ਡਰਿਆ ਕਰ ਸਕਾ, ਤੂੰ ਉਹਨੂੰ ਡਰਾਉਣ ਆਈ ਹੈ ਤੂੰ? ਡਰਦੀ ਐ ਨੀ ਹੈਗੀ ਗੱਲ ਕਰ ਵੀ ਮੈਂ ਫਿਰ ਵੀ ਬੁੜੀ। ਕਿੰਨਾ ਟਾਈਮ ਹੋ ਗਿਆ ਚੌਲ ਚੌਲ ਕਹੀ ਜਾਂਦੇ ਨੇ ਆਪਾਂ ਨੂੰ, ਬਣਾ ਤੇ ਚੌਲ ਹੁਣ ਉਹਨੇ ਮਾਸਟਰਨੀ ਨੇ ਚੌਲ ਕਿਹੜੇ ਬਣਾ ਕੇ ਦਿੰਦੀ ਆ ਉਹ? ਆਪਾਂ ਪਏਗੀ ਮੌਜ ਨਾ ਮੰਜੇ ਤੇ, ਕਹਿੰਦੀ ਮੈਂ ਤਾਂ ਥੱਕੀ ਪਈ ਆ, ਕਹਿੰਦੀ ਕੰਮ ਕਰਦੀ ਲੈ। ਕੀ ਕੰਮ ਕਰ ਲਿਆ ਤੂੰ ਤੜਕੇ ਦੀ ਨੇ? ਫਿਰ ਹੁਣ ਕੀ ਖਾਵਾਂਗੇ? ਖਾਣਾ ਕੀ ਆ ਬਸ ਦੇਖੀ ਚੱਲ। ਹੁਣ ਤਾਤੀ ਦੇ ਤੈਨੂੰ ਮੈਂ ਭੇਜਿਆ ਸੀਗਾ ਵੀ ਉਹਨੂੰ ਠਾ ਮਾੜਾ ਮੋਟਾ ਕਹਿ ਜਾ ਕੇ ਰੋਵਣਾ। ਇਹਨੂੰ ਤਾਂ ਕੱਢ ਕੇ ਘਰੋਂ ਕੱਢਣਾ ਹੀ ਪਊਗਾ, ਆਪਾਂ ਤਾਂ ਅੱਗੇ ਗੁਲ ਛੱਡ ਲੈ। ਹਾਂ ਆਪਾਂ ਤਾਂ ਮੌਜਾਂ ਨਾਲ ਡਾਵਾਂਗੇ, ਜਦੋਂ ਇਹ ਕਰਤੀ ਇਹ ਕੀ ਜਾਣੂਗੀ? ਇਹ ਕੀ ਜਾਣੂ ਵੀ ਮੈਂ ਮੈਡਮ ਲੱਗੀ ਆ ਤੇ ਮੈਂ ਹੀ ਚੱਲਦੀ ਆ ਘਰ। ਮਾਸੀ ਹੁਣ ਤੂੰ ਮਾੜੀ ਮੋਟੀ ਤੇਜ਼ ਵਾ ਨਾ, ਤੇਰੇ ਕਰਕੇ ਮੈਂ ਬੋਲਦੀ ਆ ਸਹਿ ਤੇ, ਜੇ ਤੂੰ ਮੈਨੂੰ ਸਹਿ ਦਿੰਨੀ ਆ। ਮੈਂ ਤਾਂ ਵੇਖੀ ਸਹੀ ਤੂੰ ਮਤਲਬ ਸੇਵਾ ਕਹੀ ਆ ਕੱਲੀ ਰੂਣੀ ਮੈਨੂੰ ਇਹ ਦਵਾਲ ਕੱਲੀ ਦਵਾਲ ਨੇ, ਆਪਾਂ ਤਾਂ ਹੁਣ ਇਹਨੂੰ ਘਰੋਂ ਕੱਢਾਂਗੇ। ਬਸ ਹੁਣ ਲਾਉਨੇ ਆ ਕੋਈ ਸਕੀਮ, ਇਹ ਐ ਨੀ ਲੋਟ ਆਉਂਦੀ, ਇਹਦਾ ਮੌਜ ਨਾ ਪੈ ਜਾਂਦੀ ਆ ਕੰਮ ਕਰਕੇ। ਹੁਣ ਆਪਾਂ ਨੂੰ ਕੋਈ ਹੱਲ ਲੱਭਣਾ ਪਊਗਾ ਵੀ ਕੀ ਕਰੀਏ ਹੁਣ ਇਹਦਾ। ਇਹਨੂੰ ਤਾਂ ਟਪਾਈਏ ਘਰੋਂ, ਟਪਾਉਣਾ ਹੀ ਪਊਗਾ ਜਦੋਂ ਟਲਦੀ ਆ ਕੰਮ ਤਾਂ। ਆਪਾਂ ਫੇਰ ਖਾਇਆ ਕਰਾਂਗੇ ਚੌਲ ਚੂਲ ਬਣਾ ਕੇ? ਚੌਲ ਤਾਂ ਖਾਵਾਂਗੇ ਮਾਸੀ, ਸਭ ਕੁਛ ਹੀ ਖਾਵਾਂਗੇ। ਗੱਲ ਤਾਂ ਜਿਹੜੀ ਗੱਲ ਉਹ ਕਰ ਦੂੰ, ਜਿਹੜਾ ਮੇਰਾ ਹੱਲ ਕਰਨੀ ਆ ਉਹ ਹੱਲ ਕਰੋ। ਹੱਲ ਤਾਂ ਤੇਰਾ ਮੈਂ ਕਰ ਦੂੰ, ਕਨਾ ਫੋਨ ਤੇ ਮੈਂ ਦਿਮਾਗ ਨੂੰ ਤੇ ਮਾਈਡ ਨੂੰ ਲਾ ਦੂੰ। ਮੈਂ ਤਾਂ ਕਹਿੰਦੀ ਇਹਨੂੰ ਆਪਾਂ ਘਰੋਂ ਕੱਢ ਗਏ, ਕਿਸੇ ਦੇ ਕਿਸੇ ਬਾਹਰੇ ਨਾ, ਫੇਰ ਆਪਣਾ ਕੰਮ ਚੱਲੂ। ਵੀਰਾ ਐਵੇਂ ਡਰਦਾ ਰਹਿੰਦਾ ਕਿ ਮੈਨੂੰ ਮੁੜ ਕੇ ਫੋਨ ਆਣੀ, ਤੈਨੂੰ ਕਿਉਂ ਨਹੀਂ ਫੋਨ ਆ? ਗੱਲ ਮੈਂ ਬਥੇਰਾ ਕਰਾ ਦੂੰਗੀ, ਉਹ ਤਾਂ ਤੂੰ ਕਰਾਇਆ ਨੀ, ਉਹ ਤਾਂ ਸਾਡੇ ਕੋਲ ਦੀਵਾਰੇ ਬਥੇਰੀਆਂ ਮਾਸਟਰੀਆਂ ਫਿਰਦੀਆਂ ਹੈ ਜੀ। ਮਾਸਟਰ ਨਹੀਂ ਆਏ, ਮਾਸਟਰ ਨਹੀਂ ਕੋਈ ਅਨਪੜ੍ਹਾਂ ਵਰਗੀ ਗੱਲ ਹੈ ਜੀ। ਕਿਹੜੀ ਹੈ ਪ੍ਰਾਈਵੇਟ ਲੱਗੀ ਹੈ? ਸਰਕਾਰੀ ਨਹੀਂ, ਸਰਕਾਰੀ ਕਿਹੜੀ ਸਰਕਾਰੀ ਹੈ? ਇਹ ਤਾਂ ਜਮਾ ਮਾਸੀ ਪੜ੍ਹੇ ਲਿਖਿਆ ਨਾ, ਉਹ ਵੀ ਜਮਾ ਨਿਕੰਮੀ ਹੈ, ਤਾਂ ਬੋਲਣ ਦਾ ਵੀ ਨੀ ਪਤਾ ਇਹਨੂੰ, ਆ ਗਏ ਮਾਸਟਰ ਨਹੀਂ ਕਹੂੰਦੀ ਆ। ਉੱਥੇ ਮਾਸਟਰਾਂ ਨੂੰ ਚਾਹ ਪਾਣੀ ਫੜਾਉਂਦੀ ਹੈ, ਕਿਹੜੀ ਮਾਸਟਰ ਨਹੀਂ ਹੈ? ਮੈਨੂੰ ਤਾਂ ਐਂ ਲੱਗਦਾ ਵੀ ਜਿਹੜਾ ਆਪਾਂ ਨੂੰ ਇਹ ਪੁੱਠਾ ਬੋਲੀ ਤੇ ਜਵਾਕਾਂ ਨੂੰ ਕਿਵੇਂ ਬੋਲਦੀ ਹੋਊ ਉੱਥੇ। ਮਾਸੀ ਦਾ ਵੀ ਜਮਾ ਸਰੀ ਪਿਆ, ਉਹੀ ਜੀ ਗਗਨ ਹੋ ਗਈ, ਮੈਨੂੰ ਦੁਪਹਿਰੇ ਤੋਰੀ ਫਿਰਦੀਆਂ ਨੇ। ਮੈਨੂੰ ਐਂ ਸੀ ਚੱਲ ਅੱਜ ਖੇਤੀ ਦਾ ਕੰਮ ਤਾਂ ਘੱਟ ਹੈਗਾ, ਤੂੜੀ ਦਾ ਨਿਬੜਿਆ ਕੰਮ, ਮਹਾਂ ਆਰਾਮ ਕਰਾਂਗੇ ਪੈ ਕੇ। ਦੁਪਹਿਰੇ ਤੋਰੀ ਫਿਰਦੀਆਂ ਬਗੈਰ ਗੱਲ ਤੋਂ। ਹਰਪ੍ਰੀਤ ਕਿੱਥੇ ਆ ਤੂੰ? ਆ ਸੀ ਮੈਂ ਤੋਰੀ ਆ ਗਿਓ। ਆਲਾ ਫੜ ਚੌਲ ਲਿਆਂਦੀ ਐ? ਨਹੀਂ। ਹਾਂ ਲੈ ਟਮਾਟਰ ਲੈ ਕੇ। ਹਾਏ ਹਾਏ ਇੰਨੇ ਮਹਿੰਗੇ ਟਮਾਟਰ ਕਿਉਂ ਲਿਆ? ਟਮਾਟਰ ਤਾਂ 80 ਰੁਪਏ ਕਿਲੋ ਹੋ ਰਹੇ ਨੇ। ਉਹ ਤੂੰ ਤਾਂ ਕਹੀ ਨਾ 80 ਰੁਪਏ ਕਿਲੋ ਹੋ ਰਹੇ ਨੇ। ਹਾਂ ਉਹ ਦੁਕਾਨਦਾਰ ਤਾਂ ਕਹਿੰਦਾ ਵੀ ਇਹ ਤਾਂ ਨਮਕੀਨ ਚੌਲ ਤੇ ਟਮਾਟਰ ਪਾਉਣੇ ਪੈਂਦੇ ਨੇ ਫਿਰ ਬਣਦੇ ਨੇ। ਲੈ ਇਹਦੇ ਚ ਰੱਖ ਦਿਓ, ਚੱਲ ਪਾ ਜਾਵੇ ਉਹ ਜੇ ਦੁਕਾਨਦਾਰ ਹੋ ਰਹੇ ਜਿਹੇ ਜੀ ਮਾਸ ਹੋ ਰਹੇ ਗੰਡੇ ਗੰਡੇ ਹੀ ਪੈਂਦੇ ਜਿਹਾ ਟਮਾਟਰ ਹੀ ਪੈਂਦੇ ਹੁੰਦੇ ਨੇ। ਉਹ ਗੰਡੇ ਵੀ ਪੈਣੇ ਹੁੰਦੇ, ਸਾਰਾ ਕੁਝ ਪੈਣਾ ਹੁੰਦਾ ਚੌਲ ਚ, ਕੁਝ ਮਰਜ਼ੀ ਪਾ ਲਾ, ਹਰੇ ਮਟਰ ਵੀ ਪੈ ਜਾਂਦੇ, ਸ਼ਿਮਲਾ ਮਿਰਚ ਵੀ ਪੈ ਜਾਂਦੀ ਹੈ। ਉਹ ਮੈਨੂੰ ਆਏ ਪਤਾ ਹੁੰਦਾ ਫਿਰ ਮੈਂ ਟਮਾਟਰ ਕਾਹਨੂੰ ਲਿਆਉਂਦਾ? ਹਾਂ ਸਿਰਫ ਗੰਡੇ ਹੀ ਪਾ ਲੈਂਦੇ ਇਕੱਲੇ ਗੰਡੇ ਪੈ ਤਾਂ ਜਾਂਦੇ, ਦੁਕਾਨਦਾਰ ਤਾਂ ਵੇਚਣ ਦਾ ਮਾਰਿਆ ਕਹਿੰਦੇ ਤੈਨੂੰ। ਨਾਲੇ ਮਾਸੀ ਤਾਂ ਨਾ ਜੇ ਮੈਂ 2 ਮਿੰਟ ਮੈਂ ਉੱਥੇ ਪਈ ਉੱਥੇ ਤਾਂ ਸੇਕ ਮਾਰੇ, ਮੈਂ ਆ ਕੇ ਬਰਾਂਡੇ 'ਚ ਪੈ ਗਈ। ਮਾਸੀ ਤਾਂ ਦੇਖਿਆ ਉਹ ਲੈ ਕੇ ਜਿਹੜੀ ਖੁੰਡੀ ਚੱਕੀ ਫਿਰਦੀ ਆ, ਆਏ ਲੋਟ ਤੇ ਮੇਰੇ ਖੁੱਜਾ ਮਾਰਨ ਲੱਗ ਗਈ, ਕਹਿੰਦੀ ਖੜੀ ਹੋ ਕੁੜੇ ਮੈਨੂੰ ਭੁੱਖ ਲੱਗੀ ਪਈ ਚੌਲ ਬਣਾ ਕੇ ਲਿਆ। ਲੱਗ ਗਿਆ ਤੈਨੂੰ ਪੁੱਤ? ਹਾਂ ਲੈ। ਤੈਨੂੰ ਕੀ ਕਿਹਾ ਸੀ? ਹੂੰ ਵੀ ਆਰਾਮ ਨਾਲ ਸਕੂਲ ਵਗ ਜਾਂਦੀ, ਤੈਨੂੰ ਕਹਿੰਦੀ ਮੈਂ ਇੱਥੇ ਆਰਾਮ ਕਰ ਲੂੰ, ਉਹ ਤਾਂ ਉੱਥੇ ਹੀ ਵਧੀਆ ਸੀ ਤੂੰ।
ਚੌਲਾਂ ਨੂੰ ਭੋਲ ਕੇ ਰੱਖ ਦਿੰਦੀ ਮਾੜਾ ਜਿਹਾ ਧੋ ਦਾ ਨੀ ਇਹਨਾਂ ਨੂੰ ਤੇ ਤੁਸੀਂ ਐਂ ਕਰੋ ਇੱਥੇ ਵੇਖ ਕੇ ਚੀਰ ਦਿਓ ਉਹਨਾਂ ਕੋਲੇ ਨਾ ਜਾਏ ਉਹ ਤਾਂ ਬਾਲਣਾ ਭੈਣਾ ਉਹਨਾਂ ਕੋਲ ਨਾ ਜਾਓ ਹਾਂ ਮੈਂ ਕਿਤੇ ਡਰਦਾ ਉਹਨਾਂ ਤੋਂ ਐਂ ਕਰੋ ਚਲੋ ਮੈਂ ਚੀਰ ਦੀ ਜਾ ਉਹਨਾਂ ਨਾਲ ਗੱਲ ਕਰੋ ਜੇ ਡਰਦੇ ਉੱਥੇ ਜਾ ਕੇ ਉਹਨਾਂ ਨਾਲ ਗੱਲਾਂ ਕਰਦਾ ਕਰੋ ਗੱਲ ਫਿਰ ਕਿਉਂ ਵੀ ਮਾਸੀ ਤੂੰ ਨਾ ਤੰਗ ਕਰ ਹਟ ਜਾ ਮਾਸੀ ਨੂੰ ਮਾੜਾ ਤੇਰੇ ਹੁੱਜਾਂ ਮਾਰਦੀ ਸੀ ਸੱਚੀ ਗੱਲ ਤੇ ਮੈਂ ਸੱਚੀ ਕਹਿੰਦੀ ਮੈਂ ਹੁਣ ਤੈਨੂੰ ਝੂਠ ਬੋਲਦੀ ਆਂਗੀ ਮੈਂ ਹੁਣੇ ਕਰਦਾ ਮਾਸੀ ਨਾਲ ਗੱਲ ਚੱਲ ਵੱਡਾ ਬੰਦਾ ਨਾ ਕਹੀ ਤੂੰ ਇਹ ਗੱਲ ਤਾਂ ਨਾ ਕਹੀ ਫਿਰ ਐ ਆਖੂਗੀ ਮੜੀ ਛੋਟੀ ਜਿਹੀ ਹੁਜਲਾਤੀ ਉਹਦੀ ਮੁੰਡੇ ਕੋਲੇ ਰਹਿਤਾ ਮੁੰਡਾ ਤਾਂ ਮੰਗਰ ਲੱਗਿਆ ਹੋਇਆ ਬਹੂ ਦੇ ਨਾ ਇਹ ਕੋਈ ਚੰਗੀ ਗੱਲ ਹੈ ਫਿਰ ਮਾਸੀ ਦੀ ਮਾਸੀ ਨੂੰ ਵਾਲਾ ਮੁੰਡਾ ਰੱਖਣ ਨੂੰ ਕੰਮ ਲੈ ਤਾਂ ਆਪਦੀਆਂ ਨੂੰਹਾਂ ਨਾਲ ਤਾਂ ਕੱਟਦੀ ਨੀ ਆਪਣੀ ਇੱਥੇ ਨੂੰਹਾਂ ਤਾਂ ਬਾਲ ਵੀ ਚੰਗੀਆਂ ਬਾਲਾ ਕੱਢਦੀਆਂ ਮੇਰਾ ਕਹਿੰਦੀ ਹਾਂ ਲੈ ਉਹ ਮੈਨੂੰ ਪਤਾ ਹੀ ਹੁਣ ਮੇਰੀ ਮਾਸੀ ਹੈ ਮੇਰੀ ਭਰਜਾਈ ਹੈ 2 ਰੁਪਏ ਕਮਾਉਂਦੀ ਸਾਡੇ ਘਰੀ ਲੈ ਕੇ ਆਉਂਦੀ ਹੈ ਸੰਗਤ ਤੂੰ ਜੇ ਚੱਲ ਪੜ੍ਹਨਾ ਲਿਖਣਾ ਸੀ ਉਹਦੇ ਕੋਲੇ ਵੇਖ ਕੇ ਪੜ੍ਹ ਲੈਣੀ ਮੈਨੂੰ ਹੈਰਾਨ ਤਾਂ ਨਾ ਕਰਦੀ ਗਾਨੀ ਪਹਿਲਾਂ ਦੇਖੋ ਗਗਨ ਮੈਂ ਇੰਨਾ ਹੈਰਾਨ ਕੀਤੀ ਸੀ ਗਗਨ ਨੂੰ ਮੈਂ ਸਿਰ ਭੈ ਕਹਿੰਦੀ ਸੀ ਵੀ ਚਾਚੇ ਘਰੇ ਮੈਂ ਜਾ ਹੋਰ ਕੁਛ ਨੀ ਕਿਹਾ ਤੈਨੂੰ ਗੱਲਾਂ ਦਾ ਹਜੇ ਪਤਾ ਨੀਗਾ ਅੱਧੀਆਂ ਗੱਲਾਂ ਤੈਨੂੰ ਪਤਾ ਹੈ ਇਹਨੇ ਆਖਿਆ ਵੀ ਹੋਰ ਨੀ ਕਿਸੇ ਤੋਂ ਲੋਟ ਆਉਂਦੇ ਇਹ ਵੀ ਮਾਸੀ ਨੂੰ ਮੈਂ ਸੱਦਾਂ ਤਾਂ ਹੀ ਇਹਨੇ ਮਾਸੀ ਸੱਦੀ ਹੈ ਉਹਦਾ ਸੁਭਾਅ ਬੜਾ ਭੈੜਾ ਹੈ ਇਹਦਾ ਸਾਰੇ ਰਿਸ਼ਤੇਦਾਰ ਡਰਦੇ ਆ ਤਾਂ ਮਾਸੀ ਤੋਂ ਤਾਂ ਅੱਛਾ ਆਹੋ ਮੈਨੂੰ ਤਾਂ ਪਤਾ ਹੀ ਨਹੀਂ ਸੀ ਮਾਸੀ ਏਡੀ ਭੈੜੀ ਤਾਂ ਹੀ ਤਾਂ ਮੈਂ ਮਾਸੀ ਕੋਲ ਇਹਦੇ ਕੋਲ ਜਾਂਦਾ ਨਹੀਂ ਸੀਗਾ ਹੁਣ ਮੈਨੂੰ ਮਾਸੀ ਕੋਲੇ ਕਿਉਂ ਨਹੀਂ ਇੰਨਾ ਕਰ ਜਾਂ ਤੂੰ ਕਰ ਗੱਲ ਤੂੰ ਕਹਿੰਦਾ ਸੀ ਮੈਂ ਡਰਦਾ ਨੀ ਮਾਸੀ ਤੋਂ ਮਾਸੀ ਕੋਲ ਬੱਚਾ ਇਹ ਨਾ ਕਰੀ ਨੀ ਛੋਟੀ ਜਿਹੀ ਹੋ ਚੁੱਕਿਆ ਮਾਰੀ ਫਿਰ ਉਹ ਬੁਰਾ ਮੰਨ ਜੂਗੀ ਲੈ ਤੂੰ ਹੀ ਡਰਦੀ ਹੈ ਮੈਂ ਨਹੀਂ ਡਰਦਾ ਡਰਦਾ ਮੈਂ ਕਰਦਾ ਜਾ ਕੇ ਮਾਸੀ ਨਾਲ ਗੱਲ ਕਰ ਲੈ ਜਾ ਮੈਨੂੰ ਤਾਂ ਲੱਗਦਾ ਨੀ ਭੈਣ ਵਾਂਗੂ ਮੈਨੂੰ ਤਾਂ ਲੱਗਦਾ ਕੋਲੇ ਜਾ ਕੇ ਕਿਤੇ ਮਾਸੀ ਦੇ ਨੇ ਬਣ ਕੇ ਬਈ ਮੇਰੇ ਕੋਲੇ ਫੜਾ ਨੀ ਉਹ ਮਾਰਦਾ ਦੇਖ ਲਾ ਮਾਸੀ ਹਾਂ ਤੈਨੂੰ ਸੁਣਦਾ ਨੀ ਗਾ ਫੜੀ ਦੇਖ ਲਾ ਉਹਨੂੰ ਹੋਣੀ ਕੀ ਪੱਤੀਆਂ ਪੜਾਈ ਜਾਂਦੀ ਆ ਕੀ ਉਂਗਲਾਂ ਲਾਈ ਜਾਂਦੀ ਆ ਉਹਨੂੰ ਇੱਥੋਂ ਤੱਕ ਆਵਾਜ਼ ਆਉਂਦੀ ਉਹਦੀ ਦੇਖ ਲਾ ਚੁਗਲੀਆਂ ਕਰੀ ਜਾਂਦੀ ਖੜੀ ਆ ਉਹਦੇ ਕੋਲ ਉਹਦਾ ਜਮਾ ਹੀ ਸਿੱਧਰ ਹੈਗਾ ਮੈਨੂੰ ਤਾਂ ਲੱਗਦਾ ਨੀ ਵੀ ਸਿਆਣਾ ਹੋਊ ਕਿਸੇ ਪਾਸਿਓ ਕੀ ਆ ਗਿਆ ਪੁੱਤ ਉਹਨੂੰ ਮੈਨੂੰ ਕੀ ਪਤਾ ਹੁਣ ਚੁਗਲੀਆਂ ਕਰੀ ਜਾਂਦੀ ਆ ਉਹਦੇ ਕੋਲ ਖੜੀ ਕੀ ਕਹਿੰਦੀ ਆ ਉਹਨੂੰ ਕੀ ਨਾ ਕਹਿੰਦੀ ਹੈਗੀ ਹੁਣ ਤੂੰ ਫਿਰ ਕਿਵੇਂ ਕਰੇਗੀ ਚੱਲ ਹੁਣ ਤੂੰ ਦੇਖ ਲਾ ਉਹ ਬਾਈ ਆਉਂਦਾ ਹੈਗਾ ਬਾਕੀ ਹੁਣ ਏਡਾ ਛੇਤੀ ਆ ਗਿਆ ਪੁੱਤਾ ਮਾਸੀ ਮੈਂ ਤਾਂ ਆ ਗਿਆ ਮੇਰੇ ਨਾਲ ਤੇਰਾ ਕੀ ਵੈਰ ਹੈ ਕੀ ਗੱਲ ਉਹ ਮੈਂ ਤਾਂ ਅੱਜ ਮਸਾਂ ਤੂੜੀ ਤੋਂ ਵਿਹਲਾ ਹੋਇਆ ਸੀਗਾ ਤੇ ਤੂੰ ਘਰੇ ਵੀ ਮਾਸੀ ਚੌਲ ਖਾਂਦੇ ਹੈਗੇ ਮੈਨੂੰ ਤੰਗ ਕਰਨਾ ਸੀ ਤੂੰ ਅੱਜ ਬੇ ਪੁੱਤਾ ਮੈਂ ਤਾਂ ਗਗਨ ਨੇ ਫੋਨ ਕਰਤਾ ਮੈਂ ਆ ਗਈ ਤੂੰ ਇੰਨਾ ਔਖਾ ਕਿਉਂ ਹੋ ਰਿਹਾ ਮੈਂ ਦੇ ਦੂ ਤੈਨੂੰ ਪੈਸੇ ਚੌਲਾਂ ਨੂੰ ਅੱਛਾ ਚੌਲਾਂ ਦੇ ਪੈਸੇ ਤੂੰ ਦੇ ਦੇਂਗੀ ਮੈਨੂੰ ਕਿਹੜੇ ਮਾਰਦੀਆਂ ਮਾਸੀ ਤੂੰ ਲੋਕ ਤਾਂ ਰਿਸ਼ਤੇਦਾਰਾਂ ਨੂੰ ਪ੍ਰਸ਼ਾਦ ਕਰ ਕਰ ਖਵਾਉਂਦੇ ਤੂੰ ਚੌਲ ਵੀਤੀ ਵੀ ਔਖਾ ਹੋ ਰਿਹਾ ਉਹ ਮਾਸੀ ਗੱਲ ਐ ਨੀ ਕਰਦਾ ਮੈਂ ਹਾਂ ਉਹ ਮੈਂ ਤਾਂ ਆਇਆ ਸੀਗਾ ਅੱਛਾ ਮੈਂ ਆਰਾਮ ਨਾਲ ਪਿਆ ਸੀਗਾ ਤੇ ਤੂੰ ਮਾੜਾ ਮੋਟਾ ਐਂ ਦਾ ਦੇਖ ਲੈ ਵੀ ਮੈਂ ਅੱਕਿਆ ਥੱਕਿਆ ਸੀਗਾ ਚੱਲ ਜੇ ਚੌਲ ਘਰੇ ਸੀ ਤੁਸੀਂ ਬਣਾ ਲੈਂਦੀ ਤਾਂ ਕੀ ਗੱਲ ਸੀ ਮੈਂ ਹੁਣ ਦੇਖ ਲੈ ਦੁਕਾਨ ਤੋਂ ਜਾ ਕੇ ਲੈ ਕੇ ਆਇਆ ਨਾ ਦੁਕਾਨ ਵਾਲੀਆਂ ਚੀਜ਼ਾਂ ਕਿਹੜੀਆਂ ਹੁੰਦੀਆਂ ਨੇ ਉਹ ਪੁੱਤ ਮੈਂ ਤਾਂ ਆਖਾ ਘਰੇ ਪਏ ਹੋਣਗੇ ਤੁਹਾਡੇ ਚੌਲ ਤਾਂ ਕਹਿਤਾ ਤੇ ਮੈਡਮ ਲੱਗੀ ਉਹ ਇੰਨਾ ਨੀ ਪਤਾ ਵੀ ਘਰੇ ਨਾ ਚੀਜ਼ ਮੰਗਾ ਕੇ ਰੱਖਣ ਦੁਪਹਿਰੇ ਤੈਨੂੰ ਕਿਉਂ ਭੇਜਿਆ ਮੈਨੂੰ ਤਾਂ ਇਹ ਲੱਗਦੀ ਨੀ ਪੁੱਤ ਵੀ ਮੈਡਮ ਹੈ ਮਾਸੀ ਹਾਂ ਤੈਨੂੰ ਉਹ ਮੈਡਮ ਨੀ ਲੱਗਦੀ ਹਾਂ ਨਾ ਹੋਰ ਕੀ ਹੈ ਮੈਡਮ ਹੀ ਹੈ ਹੋਰ ਕੀ ਹੈ ਤੁਸੀਂ ਤਾਂ ਨਾ ਦੋਨੇ ਭੈਣ ਭਰਾ ਭੋਲੇ ਹੋ ਤੁਹਾਨੂੰ ਤਾਂ ਇਹਦੀ ਪੱਖ ਨੀ ਮੈਂ ਤਾਂ ਪੱਖ ਪਾ ਲਈ ਇਹਦੀ 4 ਦਿਨਾਂ ਚ
ਤੂੰ ਕੀ ਪਰਖ ਪਾ ਲਈ? ਤੂੰ ਇਹਦੇ ਮਗਰ ਜਾ ਕੇ ਦੇਖ ਵੀ ਇਹ ਮੈਡਮ ਵੀ ਹੈ ਕਿ ਕਿਤੇ ਚਾਹ ਪਾਣੀ ਫੜਾਉਣ ਵਾਲੀ ਤਾਂ ਲੱਗੀ। ਚਾਹ ਪਾਣੀ ਵਾਲੀ? ਹਾਂ ਮਾਸੀ ਤੂੰ ਆ ਕੀ ਗੱਲਾਂ ਕਰੀ ਜਾਂਦੀ ਹੈ, ਇਹ ਤਾਂ ਮਾਸਟਰ ਨੀ ਹੈ, ਮਾਸਟਰ ਨੀ। ਉਹ ਪੁੱਤ ਤੈਨੂੰ ਇਹ ਲੱਗਦੀ ਹੈ ਤੁਸੀਂ ਉਹ ਭੋਲੇ ਭਾਲੇ, ਤੂੰ ਐ ਕਰ ਇਹਨੂੰ ਦੇਖ ਤੇ ਫਿਰ ਤੈਨੂੰ ਰਿਸ਼ਤਾ ਮੈਂ ਕਰਾਉ। ਮਾਸੀ ਤੂੰ ਰਿਸ਼ਤਾ ਮੈਨੂੰ ਕਰਾ ਦੇਗੀ? ਹਾਂ ਮੈਂ ਕਿਸੇ ਦਾ ਰਿਸ਼ਤਾ ਕਰਾਉਣੀ ਹੈ, ਤੇਰੇ ਮਾਸਟਰ ਨੀ 50,000 ਦਾ ਰਿਸ਼ਤਾ ਕਰਾਉ। ਜਿਹੜੀ 50,000 ਤਨਖਾਹ ਲੈਂਦੀ ਉਸ ਮਾਸਟਰਨੀ ਦਾ? ਉਹਦਾ ਮਾਸਟਰਨੀ ਲੱਗੀਆਂ ਤਾਂ ਜੀ ਜੀ ਕਰਦੀਆਂ ਤੇ ਰਿਸ਼ਤੇਦਾਰਾਂ ਦਾ ਆਦਰ ਮਾਨ ਕਰਦੀਆਂ, ਇਹਦਾ ਭੋਰੇ ਪਤਾ ਨੀ ਕਰ ਸਕਦਾ। ਮਾਸੀ ਤੂੰ ਤਾਂ ਬੜੀ ਪਰਖ ਕੀਤੀ, ਸਾਨੂੰ ਤਾਂ ਕਿੱਡੇ ਦਾ, ਅਸੀਂ ਤਾਂ ਭੈਣ ਭਰਾ ਦੋਨੇ ਭੋਲੇ ਆ, ਸਾਨੂੰ ਤਾਂ ਕਿਸੇ ਗੱਲ ਦਾ ਪਤਾ ਹੀ ਨਹੀਂ। ਭੋਲੇ ਪੁੱਤਾ ਤੂੰ ਪਤਾ ਕਰ ਇਹਦਾ ਹੁਣ ਮੇਰੇ ਬੈਠੀ ਬੈਠੀ। ਮਾਸੀ ਤੂੰ ਤਾਂ ਬਾਲੀ ਹੁਸ਼ਿਆਰ ਐ, ਮੈਂ ਤਾਂ ਪੱਤੀਆਂ ਡਾ ਦੇਣੀ ਹੈ। ਹਾਂ ਲੈ ਤੂੰ ਐ ਕਿਵੇਂ ਪਰਖ ਕਰ ਲਈ? ਮੈਂ ਤਾਂ ਕਦੇ ਮਾਗਰ ਹੀ ਨੀ ਗਿਆ, ਮੈਨੂੰ ਤਾਂ ਮਾਸਟਰ ਨੀ ਹੈ, ਮਾਸਟਰ ਨੀ ਹੈ। ਉਹ ਤੇਰੀ ਨੂੰ ਗੱਲ ਤਾਂ ਜਮੀ ਦਿਮਾਗ ਨੂੰ ਮੇਰੇ ਨੂੰ ਵੀ ਲੱਗਦੀ ਹੈ, ਜਦੋਂ ਉੱਥੇ ਜਿਹੜਾ ਚਾਹ ਪਾਣੀ ਜੇ ਪਾਣੀ ਚੜ੍ਹ ਜੇ ਫੜਾਉਂਦੇ ਹੁੰਦੇ ਆ ਉਹੀ ਸੇਵਾਦਾਰ ਕਹਿੰਦੇ ਉਹਨੂੰ, ਆਹੋ ਪਤਾ ਨੀ ਅੰਗਰੇਜ਼ੀ ਪੀਐਨ ਕਹਿੰਦੇ, ਪੀਐਨ ਸੇਵਾਦਾਰ ਉਹਨਾਂ ਲੱਗੀ ਹੋਵੇ। ਆਹੋ ਇਹੀ ਆ ਬਤੇ, ਤੂੰ ਪਤਾ ਕਰਕੇ ਆਈ, ਕੱਲ ਨੂੰ ਜਾਈ ਇਹਦੇ ਮਗਰ। ਮਾਸੀ ਤੈਨੂੰ ਮੈਂ ਤਾਂ ਕਿੰਨੇ ਰਿਸ਼ਤੇ ਕਰਾਤੇ, ਤੂੰ ਜੇ ਆਪਣੀ ਆਉਣੀ ਜਾਣੀ ਹੁੰਦੀ ਤੈਨੂੰ ਮੈਂ ਮੈਡਮ ਲੱਗੀ ਦਾ ਰਿਸ਼ਤਾ ਕਿੱਦੇ ਨਾ ਕਰਾਉਂਦੀ, ਲੰਮੀ ਲੰਜੀ ਵਿਆਹੁੰਦੇ ਆਪਾਂ ਸੋਹਣੀ ਸੁਨੱਖੀ। ਮਾਸੀ ਮੈਂ ਤਾਂ ਠੱਗੀ ਚ ਆ ਗਿਆ। ਤੂੰ ਠੱਗੀ ਚ ਆ ਗਿਆ ਪੁੱਤਾ, ਤੇਰੀ ਗੱਲ ਤੋਂ ਹੁਣ ਮੈਨੂੰ ਪਤਾ ਲੱਗਦਾ ਇਹਦੀ ਤਾਂ 20-25,000 ਰੁਪਈਏ ਤਨਖਾਹ ਕਹਿੰਦੀ ਹੈ, ਮਾਸਟਰਾਂ ਦੀ ਤਾਂ 50-50, 60-60 ਇੰਨੀਆਂ ਤਨਖਾਹ ਹੁੰਦੀਆਂ ਨੇ। ਹਾਂ ਫੇਰ ਹੁਣ ਖੁੱਲ ਗਏ ਕੰਨ? ਹਾਂ ਹੁਣ ਮੇਰੇ ਕੰਨ ਖੁੱਲ ਗਏ, 20,000 ਤਾਂ ਪ੍ਰਾਈਵੇਟ ਆਂਦੇ ਹੀ ਹੈ। ਹਾਂ ਲੈ ਮੈਨੂੰ ਤਾਂ ਇਹ ਐਂ ਕਹੀ ਗਈ ਹੈ ਵੀ ਮੈਂ ਤਾਂ ਛੋਟੇ ਸਕੂਲ ਚ ਪੜ੍ਹਾਉਣੀ ਆ 5ਵੀਂ ਤੱਕ, ਵੀ ਉਹ ਮਾਸਟਰਾਂ ਦੀ ਤਨਖਾਹ ਤਾਂ 20,000 ਹੀ ਹੁੰਦੀ ਹੈ। ਇਹ ਤਾਂ ਤੈਨੂੰ ਪੁੱਤੋਂ ਹੀ ਚਾਰੀ ਜਾਂਦੀ ਹੈ, ਤੂੰ ਪਤਾ ਕਰ ਇਹਦਾ ਮਗਰ ਜਾ ਕੇ। ਮਾਸੀ ਗੱਲ ਤਾਂ ਤੇਰੀ ਜਮਾਂ ਸਹੀ ਹੈ, ਉਹ ਤੈਨੂੰ ਤਾਂ ਕਿਹੜੇ ਚਾਵਲ, ਤੈਨੂੰ ਤਾਂ ਪ੍ਰਸ਼ਾਦ ਬਣਾ ਕੇ ਖਵਾਵਾਂਗੇ। ਪ੍ਰਸ਼ਾਦ ਜਿਹੜੀ ਤੂੰ ਸਾਨੂੰ ਐਡੀ ਵੱਡੀ ਰਾਜ ਦੀ ਗੱਲ ਦੱਸੀ ਹੈ। ਹਾਂ ਜਿਹੜੀ ਮੈਂ ਲਿਆਉਣੀ ਆ, ਦੇਖੀ ਤੂੰ 7 ਪਕਵਾਨੀਆਂ ਪਕਾਇਆ ਕਰੂ। ਅੱਛਾ ਮਾਸੀ? ਹਾਂ ਨੇ ਤੇਰੇ ਮੂਹਰੇ ਨੇ ਮੇਰੇ ਮੂਹਰੇ। ਲੈ ਮੈਂ ਤਾਂ ਦੇਖ ਲੈ ਤੇਰੇ ਕੋਲੇ ਗਈ ਨਾ ਕਦੇ, ਵੀ ਮਾਸੀ ਤਾਂ ਭੈੜੀ ਹੈ ਭੈੜੀ ਹੈ, ਉਹ ਮੈਨੂੰ ਕੀ ਪਤਾ ਸੀ ਵੀ ਤੂੰ ਮੇਰੇ ਐਡੇ ਐਡੇ ਕੰਮ ਕਰੇਂਗੀ। ਮਾਸੀ ਦਾਰ ਰਿਸ਼ਤੇਦਾਰ, ਹਾਂ ਬਾਹ ਹੁੰਦੀ ਹੈ ਬਰੋਬਰ ਦੀ। ਗੱਲ ਤਾਂ ਮਾਸੀ ਤੇਰੀ ਠੀਕ ਹੈ, ਆਪਦਾ ਤਾਂ ਆਪਦੇ ਹੀ ਹੁੰਦਾ ਹੈ, ਆਪਦਾ ਆਪਦੇ ਹੁੰਦਾ ਹੈ, ਜੇ ਕਿ ਮਾਰੂ ਤਾਂ ਤੂੰ ਪਿੰਡ ਸਿਰਦਾ ਸ਼ਾਮੇ 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 ਸਿਰਦਾ ਹੈ। ਲੈ ਮਾਸੀ ਜਿਹੜੀ ਮੇਰੇ ਤੋਂ ਕੋਈ ਗਲਤੀ ਵੀ ਤੈਨੂੰ ਬੋਲਿਆ ਗਿਆ ਨਾ, ਤੂੰ ਮੈਨੂੰ ਮਾਫ ਕਰ ਦੀ, ਤੇ ਮੈਂ ਹੋਏ ਇਹਦੀ ਤਬਦੀਸ਼ ਤਾਂ ਜ਼ਰੂਰ ਕਰੂੰਗਾ, ਮਗਰ ਜਾ ਤੂੰ ਗਾਓ ਕਰ ਪੁੱਤੇ ਵੀ। ਹਾਂ ਚੰਗਾ ਮਾਸੀ, ਤੇ ਫਿਰ ਬਾਹਰ ਮੈਂ ਛਾਪ ਅੱਧੇ ਤੋਲੇ ਦੀ ਲੈਣੀ ਹੈ ਪੁੱਤ। ਅੱਧੇ ਤੋਲੇ ਦੀ? ਮਾਸੀ ਤੂੰ ਅੱਧੇ ਤੋਲੇ ਦੀ ਕੀ ਗੱਲ ਕਰਦੀ ਹੈ, ਜਦੋਂ ਲੰਮੀ ਨੂੰ ਜੀ 50,000 ਮਾਸਟਰ ਨਹੀਂ ਤਾਂ ਉਹ ਲੈਂਦੀ ਨੂੰ ਤਨਖਾਹ, ਮੈਂ ਤਾਂ ਤੈਨੂੰ ਪੂਰਾ ਤੋਲਾ ਦੇ ਤੋਲਾ ਪੁੱਤ, 50,000 ਮੈਂ ਤੈਨੂੰ ਮਾਨਸ ਵਾਲੇ ਆਪਣੇ ਹੋਣੀ ਸਨੀ ਕੇ, ਹਾਂ ਉਹਨਾਂ ਦੇ ਸ਼ਾਂਪ ਬੜੀ ਵਧੀਆ ਕਰਾ ਕੇ ਦੇਊਂਗਾ। ਆਹੋ ਚੰਗਾ, ਹਾਂ ਉਹ ਤਾਂ ਪੂਰੇ ਮਸ਼ਹੂਰ ਬੰਦੇ ਨੇ। ਅੱਛਾ ਅੱਛਾ, ਹਾਂ ਉਹਨਾਂ ਤੋਂ ਤੈਨੂੰ ਕਰਾ ਕੇ ਦੇਊਂਗਾ ਸ਼ਾਂਪ। ਠੀਕ ਹੈ, ਹਾਂ ਚੰਗਾ ਮਾਸੀ। ਚੰਗਾ ਪੁੱਤ, ਤੂੰ ਕਰੇ ਦੀ ਪੜਤਾਲ, ਮੇਰੀ ਗੱਲ ਦਾ ਪਤਾ ਨਾ ਲੱਗਣ ਦੀ ਕਿਸੇ ਨੂੰ। ਨਹੀਂ ਨਹੀਂ, ਹਾਂ ਤੂੰ ਦੱਸੀ ਨਾ ਉਹ ਮਾਸੀ ਐ ਕਹਿੰਦੀ ਐ, ਮੈਂ ਤੈਨੂੰ ਐ ਕਹੂੰਗਾ, ਮੈਂ ਤਾਂ ਮਾਸੀ ਨਾਲ ਲੜ ਕੇ ਆਇਆ। ਚੰਗਾ ਮਾਸੀ, ਚੰਗਾ ਪੁੱਤ ਜਾ ਦੇਖ ਲੈ, ਤਾਂ ਭੋਲਾ ਭਾਲਾ ਗਾ ਠੱਗਣਾ ਸੌਖਾ ਹੀ ਆ, ਆਪਾਂ ਤਾਂ ਤੋਲੇ ਦੀ ਛਾਪ ਪਵਾ ਲਾਂਗੇ, ਮੌਜ ਕਰਾਂਗੇ। ਬੱਕਰੀ ਸੋ ਚੈਨਲ ਦੀ ਟੀਮ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਜੋ ਹੁਣੇ ਹੁਣੇ ਤੁਸੀਂ ਸਾਡੀ ਵੀਡੀਓ ਦੇਖੀ ਹੈ ਤੁਹਾਨੂੰ ਕਿੱਦਾਂ ਦੀ ਲੱਗੀ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ, ਇਹਦਾ ਅਗਲਾ ਐਪੀਸੋਡ ਜ਼ਰੂਰ ਦੇਖਣਾ। ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ, ਕਮੈਂਟ ਕਰੋ, ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ।
ਗੁਰੂ ਕੀ ਬਾਣੀ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ, ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜਾਵੇਗਾ। ਵੱਖਰੀ ਸੋਚ ਚੈਨਲ 'ਤੇ ਜਿਨ੍ਹਾਂ ਵੀਰਾਂ ਅਤੇ ਭੈਣਾਂ ਨੇ ਸਾਨੂੰ ਸੋਹਣੇ ਸੋਹਣੇ ਕਮੈਂਟ ਕੀਤੇ ਆ, ਅਸੀਂ ਨਾਮ ਬੋਲਣ ਜਾ ਰਹੇ ਹਾਂ। ਗੁਰੂ ਕੀ ਬਾਣੀ ਚੈਨਲ ਬਲਵਿੰਦਰ ਸਿੰਘ ਚਾਨਾ, ਵੀਰਪਾਲ ਕੌਰ ਚਾਨਾ, ਰਾਮਗੜੀਆ ਰਤੀਆ ਹਰਿਆਣਾ, ਇੰਦਰਜੀਤ ਸਿੰਘ ਥਰਾਜ ਮੋਗਾ ਕੈਨੇਡਾ, ਅਮਰ ਸਿੰਘ ਪਟਿਆਲਾ, ਮਨਜੀਤ ਕੌਰ ਆਸਟ ਘਨੌਰੀ ਕਲਾਂ ਮਲੇਰਕੋਟਲਾ, ਸਰੋਜ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ, ਰੇਖਾ ਸ਼ਰਮਾ, ਦਰੁਬਿਕਾ ਸ਼ਰਮਾ, ਨੈਤ ਸ਼ਰਮਾ, ਸ਼ੇਰੂ ਬਲਵੰਤ ਸਿੰਘ ਸ਼ੇਰਗਿੱਲ, ਕਰਮਜੀਤ ਕੌਰ ਸ਼ੇਰਗਿੱਲ, ਜਗਤਾਰ ਸਿੰਘ ਸ਼ੇਰਗਿੱਲ, ਸਿੱਧਵਾਂ ਬੇਟ ਜਗਰਾਓਂ, ਆਇਸ਼ਾ ਭੁੱਲਰ, ਮਹਿਸ਼ਾ ਭੁੱਲਰ, ਜੁਗਰਾਜ ਭੁੱਲਰ, ਦਰਬਾਰਾ ਸਲਾਰ, ਭਗਵਾਨ ਦਾਸ, ਸਿਮਰਨਪ੍ਰੀਤ ਕੌਰ ਫੱਲੇਵਾਲ, ਰਵਿੰਦਰ ਕੌਰ ਗੜਸਾਣਾ ਮੰਡੀ, ਬਲਜਿੰਦਰ ਸਿੰਘ, ਦਰਸ਼ਨ ਸਿੰਘ ਨਵੀਂ ਮੰਡੀ ਗੜਸਾਣਾ ਰਾਜਸਥਾਨ, ਅਨੀਤਾ ਰਾਣੀ, ਜੀਤ ਕੌਰ ਧੀਮਾਨ ਬਠਿੰਡਾ, ਹਰਵਿੰਦਰ ਕੌਰ ਰਾਮਾ ਮੰਡੀ ਜਲੰਧਰ, ਵਿਜੇ ਲਕਸ਼ਮੀ, ਡਾਕਟਰ ਰਣਜੀਤ ਸਿੰਘ ਖੰਗੂੜਾ ਲਤਾਲਾ ਲੁਧਿਆਣਾ ਕੈਲਗਰੀ ਕੈਨੇਡਾ, ਈਸ਼ਾ ਰਾਜਨ ਸ਼ਰਮਾ, ਜਸਜੀਤ ਸ਼ਰਮਾ ਸੇਖਾ ਬਰਨਾਲਾ, ਨਵੀਨ ਸਤੀਜਾ, ਬਲਵੀਰ ਕੌਰ। ਜਿਨ੍ਹਾਂ ਵੀਰਾਂ ਅਤੇ ਭੈਣਾਂ ਨੇ ਸਾਨੂੰ ਸੋਹਣੇ ਸੋਹਣੇ ਕਮੈਂਟ ਕੀਤੇ ਹੈ, ਕਮੈਂਟ ਕਰਨ ਲਈ ਬਹੁਤ ਬਹੁਤ ਧੰਨਵਾਦ। ਜਿਨ੍ਹਾਂ ਵੀਰਾਂ ਅਤੇ ਭੈਣਾਂ ਦੇ ਨਾਮ ਬੋਲਣ ਵਾਲੀ ਉਹ ਰਹਿ ਗਏ, ਅਸੀਂ ਦੂਸਰੀ ਵੀਡੀਓ ਦੇ ਵਿੱਚ ਜ਼ਰੂਰ ਬੋਲਾਂਗੇ। ਸਾਨੂੰ ਕਮੈਂਟ ਕਰਨ ਲਈ, ਸਾਨੂੰ ਸੁਝਾਅ ਦੇਣ ਲਈ, ਸਾਡੀ ਸਪੋਰਟ ਕਰਨ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।